ਮਟਾਪਾ ਜਾਨ ਲੈਵਾ ਹੈ ਪਰ ਨਾ ਮੁਮਕਨ ਨਹੀਂ ਇਹਦੇ ਨਾਲ ਜੋੜਾਂ ਦਾ ਦਰਦ ਕੈਂਸਰ ਬੀਪੀ ਦਿਲ ਦੇ ਰੋਗ ਸਾਧੀ ਸਮੱਸਿਆ ਬਾਂਜਪਾਨ ਫੈਟੀ ਲੀవర్ ਐਸਿਡਿਟੀ ਸ਼ੂਗਰ ਤੇ ਕੋਲੇਸਟ੍ਰੋਲ ਹੋ ਸਕਦਾ ਹੈ ਅੱਜ ਹੀ ਇਲਾਜ ਕਰਵਾਓ ਟਾਈਟ ਐਂਡ ਫਿਟ ਟਾਈਟ ਐਂਡ ਫਿਟ ਟਾਈਟ ਐਂਡ ਫਿਟ ਕਲ ਦੋਸਤੋ ਮੈਂ ਤੁਹਾਡੀ ਹੋਸਟ ਰੂਹੀ ਅੱਜ ਅਸੀਂ ਗੱਲ ਕਰਾਂਗੇ ਮੋਟਾਪੇ ਦੀ ਮੋਟਾਪਾ ਕਿਉਂ ਹੁੰਦਾ ਹੈ ਤੇ ਇਹ ਕਿਸ ਤਰ੍ਹਾਂ ਹਰੇਕ ਨੂੰ ਆਪਣੇ ਲਪੇਟ ਦੇ ਵਿੱਚ ਲੈ ਰਿਹਾ ਹੈ ਅਤੇ ਹਰ ਕੋਈ ਇਸ ਤੋਂ ਨੇ ਜਾਤ ਪਾਉਣਾ ਚਾਹੁੰਦਾ ਹੈ ਇਸ ਸਾਰੇ ਵਿਸ਼ੇ ਤੇ ਅੱਜ ਗੱਲ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਡਾਈਟ ਐਂਡ ਫਿਟ ਦੇ ਐਮ ਡੀ ਸਤਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਰ ਅੱਜ ਅਸੀਂ ਤੁਹਾਡੇ ਤੋਂ ਜਾਣਨਾਗੇ ਕਿ ਮੋਟਾਪਾ ਕਿਵੇਂ ਹੁੰਦਾ ਹੈ ਅਤੇ ਬਹੁਤ ਸਾਰੇ ਲੋਕ ਦੇਖਣ ਦੇ ਵਿੱਚ ਆਉਂਦੇ ਨੇ ਕਿ ਮੋਟਾਪਾ ਆਪਣੀ ਲਪੇਟ ਦੇ ਵਿੱਚ ਲੈ ਰਿਆ ਉਹਨਾਂ ਨੂੰ ਲਗਾਤਾਰ ਬੱਚੇ ਹੋਣ ਨੌਜਵਾਨ ਹੋਣ ਜਾਂ ਬਜ਼ੁਰਗ ਹੋਣ ਮੋਟਾਪੇ ਤੋਂ ਨਜਾਤ ਪਾਉਣਾ ਚਾਹੁੰਦੇ ਨੇ ਬਟ ਉਹ ਨਹੀਂ ਪਾਰੇ ਤਾਂ ਉਹ ਕੀ ਸੋਲੂਸ਼ਨ ਕਰ ਸਕਦੇ ਨੇ ਕਿ ਤੁਸੀਂ ਦੱਸੋ ਕਿ ਮੋਟਾਪਾ ਸ਼ੁਰੂ ਕਿਵੇਂ ਹੁੰਦਾ ਹੈ ਕਰੋ ਜੀ ਮੋਟਾਪਾ ਆਉਣ ਦਾ ਜੋ ਸਭ ਤੋਂ ਵੱਡਾ ਕਾਰਨ ਹੈਗਾ ਆ ਵੀ ਜੋ ਅਸੀਂ ਖਾਂਦੇ ਹਗੇ ਆ ਸਾਡੀਆਂ ਆਦਤਾਂ ਬਗੜੀਆਂ ਪਈਆਂ ਹੈਗੀਆਂ ਸਾਨੂੰ ਜਿੱਥੇ ਜੋ ਮਿਲਦਾ ਅਸੀਂ ਖਾ ਲੈਂਦੇ ਅਸੀਂ ਦੇਖਦੇ ਨਹੀਂ ਵੀ ਸਾਡੀ ਸਿਹਤ ਲਈ ਇਹ ਠੀਕ ਆ ਜਾਂ ਨਹੀਂ ਠੀਕ ਆ ਸਿਆਣੇ ਤਾਂ ਕਹਿੰਦੇ ਆ ਵੀ ਤੁਸੀਂ ਜੇ ਕੜੀਵੇਂ ਚੀਜ਼ਾਂ ਖਾਓਗੇ ਤਾਂ ਸਿਹਤ ਲਈ ਉਹ ਚੰਗੀਆਂ ਹੁੰਦੀਆਂ ਅਸੀਂ ਨਹੀਂ ਖਾਂਦੇ ਅਗੇ ਸਵਾਦ ਲਈ ਚੀਜ਼ਾਂ ਖਾਂਦੇ ਆ ਜਿਹੜੀਆਂ ਸਵਾਦਲੀਆਂ ਹੁੰਦੀਆਂ ਉਹ ਸਾਡੇ ਤੋਂ ਜ਼ਿਆਦਾ ਖਾਧੀਆਂ ਜਾਂਦੀਆਂ ਹੈਗੀਆਂ ਅਸੀਂ ਪੇਟ ਨੂੰ ਪੇਟ ਨਹੀਂ ਸਮਝਦੇ ਅਸੀਂ ਡਸਟਬਿਨ ਬਣਾਇਆ ਹੋਇਆ ਹੈਗਾ ਜੋ ਚੀਜ਼ਾਂ ਅਸੀਂ ਭਰਦੇ ਜਾਂਦੇ ਆ ਇਸ ਤਰ੍ਹਾਂ ਸਾਡਾ ਇੱਕ ਪੇਟ ਜਿਹੜਾ ਹੈਗਾ ਨਾ ਇੱਕ ਮੁਠੀ ਦੇ ਬਰਾਬਰ ਹੁੰਦਾ ਕਰ ਕਰਕੇ ਇੱਕ ਬਲੈਡਰ ਦੇ ਵਾਂਗ ਹੋ ਜਾਂਦਾ ਹੈਗਾ ਜਦੋਂ ਪੇਟ ਛਾਤੀ ਤੋਂ ਬਾਹਰ ਆ ਜਾਂਦਾ ਹੈਗਾ ਲੋਕੀ ਅੰਕਲ ਕਹਿਣਾ ਆਂਟੀ ਕਹਿਣਾ ਸ਼ੁਰੂ ਕਰਦੇ ਫਿਰ ਅਸੀਂ ਸੋਚਦੇ ਹੈਗੇ ਵੀ ਇਹ ਕੀ ਹੋ ਗਿਆ ਨਾ ਫਿਰ ਮੋਟਾਪਾ ਜਦੋਂ ਵੀ ਆਉਂਦਾ ਹੈਗਾ ਸਾਡੀਆਂ ਗਲਤ ਖਾਣ ਪੀਣ ਦੀਆਂ ਆਦਤਾਂ ਕਰਕੇ ਆਉਂਦਾ ਹੈਗਾ ਜੇ ਅਸੀਂ ਆਪਣੀਆਂ ਆਦਤਾਂ ਨੂੰ ਸੁਧਾਰ ਲੈਂਦੇ ਹੈਗੇ ਆ ਤਾਂ ਅਸੀਂ ਫਿੱਟ ਵੀ ਰਹਿ ਸਕਦੇ ਹੈਗੇ ਆ ਸਤਵਿੰਦਰ ਜੀ ਜਿਵੇਂ ਦੇਖਣ ਦੇ ਵਿੱਚ ਆਉਂਦਾ ਹੈ ਕਿ ਮਾਮੂਲੀ ਬੱਚੇ ਵੀ ਅੱਜਕੱਲ ਮੋਟਾਪੇ ਦੇ ਨਾ ਬੜੇ ਸ਼ਿਕਾਰ ਹੋ ਰਹੇ ਨੇ ਇੱਥੇ ਕਿਹਾ ਜਾ ਸਕਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਵੱਲ ਪੂਰੀ ਤਰ੍ਹਾਂ ਦੇ ਨਾਲ ਦੇਖ-ਦੇਖ ਨਹੀਂ ਕਰ ਰਹੇ ਅਤੇ ਨਾ ਹੀ ਉਹਨਾਂ ਦੇ ਖਾਣ-ਪੀਣ ਵੱਲ ਧਿਆਨ ਦੇ ਰਹੇ ਨੇ ਇਸ ਤਰ੍ਹਾਂ ਹੈਗਾ ਵੀ ਇੱਕ ਬੱਚੇ ਨੂੰ ਜਦੋਂ ਵੀ ਕੋਈ ਚੀਜ਼ ਮੰਗਦਾ ਹੈਗਾ ਚਾਕਲੇਟ ਮੰਗੇਗਾ ਜਾਂ ਕੋਲਡ ਡਰਿੰਕ ਪੀਂਦੇ ਹੈਗੇ ਆ ਕੋਲਡ ਡਰਿੰਕ ਦੇ ਵਿੱਚ 7-8 ਚਮਚੇ ਦੇ ਬਗੈਰ ਪਰ 슈ਗਰ ਹੁੰਦੀ ਹੈਗੀ ਆ ਫਿਰ ਉਹ ਓਵਰ ਈਟਿੰਗ ਕਰ ਲੈਂਦੇ ਹੈਗੇ ਆ ਜੰਕ ਫੂਡ ਫਾਸਟ ਫੂਡ ਖਾ ਲੈਂਦੇ ਇਹਨਾਂ ਵਿੱਚ ਫੈਟ ਹੀ ਇਦਾਂ ਦੀ ਹੁੰਦੀ ਜਿਹੜੀ ਸਾਡੇ ਡਾਈਜੈਸਟ ਹੀ ਨਹੀਂ ਹੁੰਦੀ ਹੈਗੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿੱਦਾਂ ਸਾਨੂੰ ਇੱਕ ਬੰਦਾ ਜਿਹੜਾ ਐਕਟਿਵ ਜਿਹੜਾ ਬੰਦਾ ਹੈਗਾ ਨਾ ਉਹਨੂੰ ਵੱਧ ਤੋਂ ਵੱਧ 2500 ਕੈਲਰੀ ਜੀ ਲੈ ਸਕਦਾ ਹੈਗਾ ਕੋਈ ਜਦੋਂ ਇੱਕੋ ਹੀ ਉਹ ਮਤਲਬ ਈਲ ਲੈਂਦਾ ਉਹਦੇ ਵਿੱਚ 1500 2000 ਕੈਲਰੀ ਜੀ ਲੈ ਲੈਂਦਾ ਕੋਈ ਕਾਊਂਟ ਕਰਦਾ ਹੀ ਨਹੀਂ ਹੈਗਾ ਕਿ ਮੈਨੂੰ ਕਿੰਨੀ ਕੈਲਰੀ ਦੀ ਜ਼ਰੂਰਤ ਹੈਗੀ ਹੈ ਜਦੋਂ ਓਵਰ ਈਟਿੰਗ ਹੋ ਜਾਂਦੀ ਹੈ ਨਾ ਉਦੋਂ ਮਟਾਪਾ ਆਉਂਦਾ ਹੈਗਾ ਅਸੀਂ ਕੀ ਕਰਨਾ ਹੈਗਾ ਜੇ ਸਾਨੂੰ ਅਵੇਅਰਨੈਸ ਹੈਗੀ ਆ ਆਪਣੇ ਇੱਕ ਡਾਈਟ ਨੂੰ ਡਿਸਪਲਿਨ ਤੇ ਕਿਸੇ ਵੀ ਚੀਜ਼ ਨੂੰ ਅਸੀਂ ਖਾ ਵੀ ਸਕਦੇ ਆ ਤੇ ਆਪਣੇ ਭਾਰ ਨੂੰ ਵੀ ਕੰਟਰੋਲ ਕਰ ਸਕਦੇ ਆ ਉਹ ਕਿਵੇਂ ਕਰਨਾ ਹੈਗਾ ਜਿਨ੍ਹਾਂ ਲੋਕਾਂ ਨੂੰ ਪ੍ਰੋਬਲਮ ਹੈਗੀ ਆ ਮੋਟਾਪੇ ਦੇ ਗ੍ਰਸਥ ਵਿੱਚ ਆ ਗਏ ਹੈਗੇ ਆ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਦੱਸਾਂਗੇ ਉਹ ਕੀ ਕਰਨ ਸਤਵਿੰਦਰ ਜੀ ਜੇ ਮਲਕੀ ਮੈਡੀਕਲ ਘਰਾਂ ਦੇ ਵਿੱਚ ਜਾਂ ਆਮਲੀ ਘਰਾਂ ਦੇ ਵਿੱਚ ਦੇਖਣ ਨੂੰ ਆਉਂਦਾ ਨਾ ਬਜ਼ੁਰਗ ਇੰਨੇ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋਣਾ ਤੂਠਿਆਂ ਨਹੀਂ ਜਾਂਦਾ ਹੋਣਾ ਤੇ ਗੋਡਿਆਂ ਤੇ ਅਸਰ ਪੈਂਦਾ ਤਾਂ ਉਹ ਬਹੁਤ ਕੋਸ਼ਿਸ਼ ਕਰਦੇ ਨੇ ਕਿ ਮਲਕੀ ਮੋਟਾਪੇ ਤੋਂ ਨਿਜਾਤ ਪਾ ਸਕਣ ਕਸਰਤ ਵੀ ਕਰਦੇ ਨੇ ਬਟ ਉਹ ਨਹੀਂ ਹੋ پا ਰਿਹਾ ਉਹਦਾ ਕੀ ਮਲਕੀ ਹੋ ਸਕਦਾ ਨਿਕੋ ਜਦੋਂ ਸਾਨੂੰ ਖਾਣ ਦੀ ਆਦਤ ਹੁੰਦੀ ਆ ਜਵਾਨੀ ਵਿੱਚ ਤਾਂ ਅਸੀਂ ਬਹੁਤ ਖਾਂਦੇ ਆ ਬੁਢਾਪੇ ਵਿੱਚ ਵੀ ਉਹ ਸ਼ਰਾਰਤਾਂ ਕਰਦੇ ਹੈਗੀਆਂ ਅਸੀਂ ਖਾਣਾ ਨਹੀਂ ਛੱਡਦੇ ਹੈਗੀਆਂ ਤੇ ਜਦੋਂ ਭਾਰ ਜ਼ਿਆਦਾ ਹੋ ਜਾਂਦਾ ਹੈ ਮੰਨ ਲਓ ਵੀ ਕਿਸੇ ਦਾ ਭਾਰ ਉਹਨੂੰ 70 ਕਿਲੋ ਚਾਹੀਦਾ 90 ਕਿਲੋ ਹੋ ਜਾਵੇ ਤਾਂ 20 ਕਿਲੋ ਨੇ ਹਰ ਵੇਲੇ ਲੋਡ ਚੱਕਿਆ ਹੁੰਦਾ ਤੇ ਗੋਡਿਆਂ ਤੇ ਅਸਰ ਹੋਏਗਾ ਗੋਡੇ ਵੀ ਪੇਨ ਕਰਨਗੇ ਫਿਰ ਉਹਨਾਂ ਕੋ ਇਹ ਸਟੇਜ ਦੇ ਵਿੱਚ ਫਿਜ਼ੀਕਲੀ ਐਕਟੀਵਿਟੀ ਤਾਂ ਨਹੀਂ ਹੋਣੀ ਨਹੀਂ ਕੋਈ ਐਕਸਰਸਾਈਜ਼ ਯੋਗਾ ਵਗੈਰਾ ਤਾਂ ਕਰ ਨਹੀਂ ਸਕਦੇ ਜਦੋਂ ਭਾਰ ਜ਼ਿਆਦਾ ਵੱਜ ਜਾਂਦਾ ਉਹਨੂੰ ਬਹੁਤ ਸਾਰੀਆਂ ਉਹਨਾਂ ਨੂੰ ਕੰਪਲਿਕੀਸ਼ਨਸ ਆ ਜਾਂਦੀਆਂ ਹੈਗੀਆਂ ਆ ਅਸੀਂ ਕਹਿੰਦੇ ਆ ਕਿ ਜੇ ਸਾਨੂੰ ਲਾਈਫ ਇੱਕ ਵਾਰ ਹੀ ਮਿਲੀ ਹੈ ਨਾ ਅਸੀਂ ਆਪਣੀ ਡਾਈਟ ਨੂੰ ਸਹੀ ਕਰਕੇ ਆਪਾਂ ਮੋਟਾਪੇ ਤੋਂ निजात ਪਾ ਸਕਦੇ ਇਹਦੇ ਵਿੱਚ ਏਜ ਦੀ ਕੋਈ ਨਹੀਂ ਹੈਗਾ ਭੀ ਕੋਈ ਬੱਚਾ ਹੈ ਬਜ਼ੁਰਗ ਹੈਗਾ ਜਵਾਨ ਹੈਗਾ ਹਰ ਕੋਈ ਭਾਰ ਘਟਾ ਸਕਦਾ ਹੈਗਾ ਇਸ ਕਰਕੇ ਅਸੀਂ ਮੋਟਾਪੇ ਤੋਂ ਬਚਣਾ ਇਹ ਨਾ ਸੋਚੋ ਤੁਹਾਡੀ ਕੀ ਏਜ ਹੈਗੀ ਆ ਜਾਂ ਮੇਰਾ ਹੁਣ ਭਾਰ ਘਟ ਸਕਦਾ ਜਾਂ ਨਹੀਂ ਘਟ ਸਕਦਾ ਕਿਸੇ ਵੀ ਏਜ ਵਿੱਚ ਕਿਸੇ ਵੀ ਮੌਸਮ ਵਿੱਚ ਕੋਈ ਵੀ ਭਾਰ ਆਪਣਾ ਘਟਾ ਸਕਦਾ ਸਰਤਿੰਦਰ ਜੀ ਅਸੀਂ ਕਿਤੇ ਨਾ ਕਿਤੇ ਜਿੱਦਾਂ ਫਾਸਟ ਫੂਡ ਬੜਾ ਵੱਧ ਗਿਆ ਅਜਿਹੇ ਟਾਈਮ ਦੇ ਵਿੱਚ ਹਨਾ ਉਹ ਜਿਹੜੇ ਦੇਸੀ ਘਿਓ ਵਾਲੀ ਗੱਲਾਂ ਤਾਂ ਰਹਿ ਗਈਆਂ ਹਨਾ ਮਤਲਬ ਫਾਸਟ ਫੂਡ ਕਰਕੇ ਅਸੀਂ ਇੱਕ ਕਾਰਨ ਮੰਨ ਸਕਦੇ ਹਾਂ ਕਿ ਜਿੱਦਾਂ ਨੌਜਵਾਨ ਪੀ ਵੀ ਮੋਟਾਪੇ ਵੱਲ ਜਿੱਦਾਂ ਵੱਧ ਰਹੀ ਹੈ ਬਹੁਤ ਜ਼ਿਆਦਾ ਮੋਟਾਪਾ ਆ ਰਿਹਾ ਉਹਨਾਂ ਦੇ ਵਿੱਚ ਜਿੱਦਾਂ ਜੰਕ ਫੂਡ ਕੋਲਡ ਡਰਿੰਕ ਹੋ ਜਵੇ ਜਾਂ ਫਾਸਟ ਫੂਡ ਲੈਂਦੇ ਆ ਆਖਰਕਾਰ ਦੇਖਣ ਨੂੰ ਆਉਂਦਾ ਕਿ ਘਰ ਦਾ ਖਾਣਾ ਪਸੰਦ ਨਹੀਂ ਕਰਦੇ ਨੌਜਵਾਨ ਜਾਂ ਬੱਚੇ ਹਨਾ ਤਾਂ ਇੱਕ ਉਹ ਵੀ ਕਾਰਨ ਹੋ ਸਕਦਾ ਹੈ ਮੋਟਾਪੇ ਵੱਲ ਦੇਖੋ ਇਹ ਹੀ ਸਭ ਤੋਂ ਵੱਡਾ ਕਾਰਨ ਹੈਗਾ ਜਿਸ ਤਰ੍ਹਾਂ ਜੰਕ ਫੂਡ ਲੈਂਦੇ ਹੈਗੇ ਕੋਲਡ ਡਰਿੰਕਸ ਲੈਂਦੇ ਆ ਓਵਰ ਲੇਟ ਨਾਈਟ ਖਾਂਦੇ ਹੈਗੇ ਆ ਉਹਨਾਂ ਦੇ ਖਾਣ ਪੀਣ ਦੀ ਆਦਤਾਂ ਵੀ ਸਹੀ ਨਹੀਂ ਹੈ ਲੇਟ ਨਾਈਟ ਵੀ ਖਾਂਦੇ ਆਂ ਸੌਂਦੇ ਵੀ ਘੱਟ ਹੈ ਗਿਆ ਇਹੇ ਆਦਤਾਂ ਕਰਕੇ ਉਹਨਾਂ ਨੂੰ ਵਿੱਚ ਮਟਾਪਾ ਬਹੁਤ ਜ਼ਿਆਦਾ ਆ ਰਿਹਾ ਹੈਗਾ ਆ ਕਈ ਚੀਜ਼ਾਂ ਹੁੰਦੀਆਂ ਜਿਹਨਾਂ ਜੇ ਹੁਣ ਉਹ ਅਵੇਅਰ ਨਹੀਂ ਹੁੰਦੇ ਜੇ ਹੁਣ ਉਹ ਇਸ ਤਰ੍ਹਾਂ ਆਪਣੇ ਪੇਟ ਨੂੰ ਭਰਦੇ ਰਹਿਣਗੇ ਤਾਂ ਇੱਕ ਦਿਨ ਉਹਨਾਂ ਨੂੰ ਦਵਾਈਆਂ ਨਾਲ ਭਰਨਾ ਪੈਣਾ ਹੈਗਾ ਇਸ ਕਰਕੇ ਜੇ ਉਹਨਾਂ ਨੇ ਅਰਨਿੰਗ ਕਰਨੀ ਹੈ ਪੈਸੇ ਇੰਨੇ ਕਮਾਣੇ ਹੋ ਡਾਕਟਰਾਂ ਨੂੰ ਥੋੜੀ ਦੇਣੇ ਆ ਆਪਣੀ ਜਿਹੜੀ ਲਾਈਫ ਹੈਗੀ ਆ ਉਹ ਸਾਡੀ ਲਾਈਫ ਨੂੰ ਹਰ ਇੱਕ ਦਿਨ ਨੂੰ ਜੀਣਾ ਹੈਗਾ ਅਸੀਂ ਉਹ ਕਿੱਦਾਂ ਜੀਣਾ ਹੈਗਾ ਜੇ ਸਾਨੂੰ ਅਵੇਅਰਨੈਸ ਹੋਏਗੀ ਅਸੀਂ ਉਹਨਾਂ ਕੀ ਖਾਣਾ ਜਿੰਨੀ ਕ ਓਵਰੀਟਿੰਗ ਛੱਡ ਲਈ ਅਸੀਂ ਇਹ ਨਹੀਂ ਕਹਿੰਦੇ ਬਹੁਤ ਘੱਟ ਖਾਓ ਡੋਂਟ ਈਟ ਲੈਸ ਈਟ ਰਾਈਟ ਜਿਹੜਾ ਬੰਦਾ ਸਹੀ ਖਾਂਦਾ ਹੈਗਾ ਨਾ ਉਹ ਫਿੱਟ ਰਹਿੰਦਾ ਹੈਗਾ ਬਾਕੀ ਜੇ ਕਿਸੇ ਦੇ ਵਿੱਚ ਜਾਣਿਆਂ ਜਾਣੇ ਵਿੱਚ ਮੋਟਾਪਾ ਆ ਗਿਆ ਹੈ ਉਹ ਕਾਰਨ ਕੁਝ ਵੀ ਰਿਹਾ ਹੈਗਾ ਜਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਉਹ ਇੱਕ ਵਾਰੀ ਸਾਨੂੰ ਆਪਣੀ ਸਟੋਰੀ ਦੱਸਣ ਵੀ ਉਹਨਾਂ ਨੂੰ ਕਿਉਂ ਉਹਨਾਂ ਵਿੱਚ ਮੋਟਾਪਾ ਆਇਆ ਤਾਂ ਕਿਵੇਂ ਜਾਵੇਗਾ ਅਸੀਂ ਉਹਦੀ ਪ੍ਰੋਪਰ ਨਿਯਾਤ ਉਹਨਾਂ ਨੂੰ ਦਵਾਂਗੇ ਕਿਸ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਪ੍ਰੋਡਕਟ ਦਵਾਂਗੇ ਸਰਤਵਿੰਦਰ ਜੀ ਜਿਵੇਂ ਮਲਕੀ ਨੋਜਮਾ ਲਾ ਲਓ ਬਜ਼ੁਰਗ ਲਾ ਲਓ ਹਨਾ ਉਹਨਾਂ ਨੂੰ ਪਤਾ ਨਹੀਂ ਹੈ ਅੱਜ ਦੇ ਡੇਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਖਾਣਾ ਵਾ ਕਿਵੇਂ ਆਪਣੇ ਰੂਟੀਨ ਨੂੰ ਮਲਕੀ ਚਲਾਣਾ ਵਾ ਤਾਂ ਉਹ ਇੱਕ ਮਿੰਟ ਦੱਸ ਦੋ ਆਪਣੇ ਦਰਸ਼ਕਾਂ ਨੂੰ ਦੇਖੋ ਅਸੀਂ ਪ੍ਰੋਪਰ ਇੱਕ ਡਾਈਟ ਪਲਾਨ ਦਿੰਦੇ ਆ ਸਵੇਰੇ ਦੁਪਹਿਰੇ ਸ਼ਾਮ ਔਰ ਰਾਤ ਨੂੰ ਕੀ ਖਾਣਾ ਚਾਹੀਦਾ ਹੈਗਾ ਆ ਸਾਨੂੰ ਤਾਂ ਖਾਣ ਦੀ ਇਦਾਂ ਦੀ ਆਦਤਾਂ ਹੈਗੀਆਂ ਨੇ ਰਾਤ ਨੂੰ ਸਾਨੂੰ ਕਈ ਵਾਰੀ ਜ਼ਰੂਰਤ ਨਹੀਂ ਹੁੰਦੀ ਖਾਣ ਦੀ ਅਸੀਂ ਇਸ ਕਰਕੇ ਖਾਂਦੇ ਕਿ ਮੈਨੂੰ ਭੁੱਖ ਨਾ ਲੱਗ ਜਾਵੇ ਠੀਕ ਹੈ ਨਾ ਇਦਾਂ ਦੀ ਆਦਤਾਂ ਜਿਹੜੀਆਂ ਉਹ ਕਿੱਦਾਂ ਛਡਾਣੀਆਂ ਹੈਗੀਆਂ ਆ ਜਿਹੜੀਆਂ ਬਹੁਤਾ ਖਾਣਾ ਵੀ ਇੱਕ ਨਸ਼ਾ ਹੈਗਾ ਆ ਤੁਸੀਂ ਦੇਖਿਆ ਜਦੋਂ ਕੋਈ ਬੰਦਾ ਡਿਪਰੈਸ਼ਨ ਵਿੱਚ ਹੁੰਦਾ ਨਾ ਉਹਨੂੰ ਮਿੱਠਾ ਖਾਣ ਨੂੰ ਬੜਾ ਦਿਲ ਕਰਦਾ ਹੈਗਾ ਜਾਂ ਲੇਡੀਜ਼ ਜਿਹਨੂੰ ਹਾਰਮੋਨਲ ਇੰਬੈਲੈਂਸ ਹੁੰਦਾ ਹੈਗਾ ਉਹਨਾਂ ਦਾ ਵੀ ਮਿੱਠਾ ਖਾਣ ਨੂੰ ਦਿਲ ਕਰਦਾ ਹੈਗਾ ਉਹ ਇਹਨਾਂ ਚੀਜ਼ਾਂ ਤੋਂ ਕਿੱਦਾਂ ਨਿਕਲਣਾ ਆਮ ਆਪਣੇ ਹਰ ਇੱਕ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ ਕੋਈ ਸਾਡਾ ਤਾਂ ਕੰਮ ਹੀ ਇਹ ਹੈਗਾ ਨਾ ਕਿ ਅਸੀਂ ਉਹਨਾਂ ਦੀ ਮੇਨ ਦੇਖੀਦਾ ਹੈਗਾ ਕਿ ਇਹਨਾਂ ਵਿੱਚ ਮੋਟਾਪਾ ਕਿਉਂ ਆਇਆ ਤੇ ਕਿਵੇਂ ਜਾਵੇਗਾ ਜੋ ਹਰ ਇੱਕ ਬੰਦੇ ਦਾ ਮੈਟਾਬੋਲਿਜ਼ਮ ਅਲੱਗ-ਅਲੱਗ ਹੁੰਦਾ ਹੈਗਾ ਅਲੱਗ-ਅਲੱਗ ਕਾਰਨ ਹੁੰਦੇ ਹੈਗੇ ਆ ਜੋ ਵੀ ਬੰਦਾ ਮੋਟਾਪੇ ਦੇ ਗ੍ਰਿਫਤ ਵਿੱਚ ਆ ਗਿਆ ਹੈਗਾ ਉਹ ਸਾਨੂੰ ਆਪਣੇ ਬ ਉਦੇ ਹਿਸਾਬ ਨਾਲ ਅਸੀਂ ਦੇਖਾਂਗੇ ਉਹਨਾਂ ਦੀ ਕਿੰਨੀ ਹਾਈਟ ਆ ਕਿੰਨੀ ਏਜ ਆ ਕਿੰਨਾ ਭਾਰ ਆ ਤੇ ਕਿੰਨਾ ਹੋਣਾ ਚਾਹੀਦਾ ਹੈਗਾ ਜਦੋਂ ਸਾਨੂੰ ਪ੍ਰੋਪਰ ਦੱਸਦੇ ਆ ਉਹਦੇ ਹਿਸਾਬ ਨਾਲ ਜਦੋਂ ਵੀ ਅਸੀਂ ਟ੍ਰੀਟਮੈਂਟ ਦਿੰਦੇ ਆ ਸਾਡਾ ਡਾਈਟ ਐਂਡ ਫਿਟ ਦੇ ਜਿਹੜੇ ਪ੍ਰੋਡਕਟ ਹੈਗੇ ਆ ਉਹਦੇ ਨਾਲ ਅਸਰ ਤਿੰਨਾਂ ਦਿਨਾਂ ਦੇ ਵਿੱਚ ਹੀ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਇੱਕ ਚੀਜ਼ ਅਵੇਅਰਨੈਸ ਦੀ ਜ਼ਰੂਰਤ ਹੈਗੀ ਇਹ ਨਹੀਂ ਵੀ ਤੁਸੀਂ ਗੂਗਲ ਖੋਲ੍ਹਿਆ ਉਤੋਂ ਹਰ ਇੱਕ ਚੀਜ਼ ਨੂੰ ਤੁਸੀਂ ਸੋਚਦੇ ਹੈਗੇ ਬਈ ਮੈਂ ਇਸ ਤੋਂ ਹੀ ਗੂਗਲ ਡਾਕਟਰ ਨਹੀਂ ਹੈਗਾ ਜੋ ਸਾਡੇ ਹੈਗੇ ਇੱਥੇ ਦੇ ਸਰਕਮਸਟੈਂਸਸ ਹੈਗੇ ਆ ਜੋ ਸਾਡਾ ਐਟਮੋਸਫੇਅਰ ਹੈਗਾ ਇਹਦੇ ਹਿਸਾਬ ਨਾਲ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਉਹ ਲੋਕਲੀ ਬੰਦਾ ਦੱਸ ਸਕਦਾ ਹੈਗਾ ਨਾ ਇਸ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਡੇ ਨਾਲ ਕੰਸਲਟ ਕਰਨ ਸਤਿੰਦਰ ਜੀ ਜਿਹੜਾ ਤੁਹਾਡਾ ਪ੍ਰੋਡਕਟ ਹੈ ਡਾਈਟ ਐਂਡ ਫਿਟ ਇਹਨੂੰ ਕਿੱਦਾਂ ਅਪਲਾਈ ਕਰਨਾ ਹੈ ਤੇ ਕਿਵੇਂ ਇਹਦੇ ਬੈਨੀਫੀਸ਼ੀਅਰ ਹੁੰਦੇ ਆ ਤੇ ਮਿਲਕੀ ਬਹੁਤ ਸਾਰੇ ਲੋਕਾਂ ਦਾ ਮਿਲਕੀ ਇਹੀ ਕੁਐਸਚਨ ਹੁੰਦੇ ਆ ਕਿ ਸਾਨੂੰ ਇਹ ਦਵਾਈ ਜਿਹੜਾ ਪ੍ਰੋਡਕਟ ਹੈ ਸਾਈਡ ਇਫੈਕਟ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਹਨਾ ਤਾਂ ਉਹ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ देखो ਜਿਹੜਾ ਸਾਡਾ ਡਾਈਟ ਐਂਡ ਫਿਟ ਦਾ ਪ੍ਰੋਡਕਟ ਆ ਇਹਦੇ ਇੰਨਾ ਕੁ ਜੁਨੀਕ ਹੈਗਾ ਇੰਨੇ ਦੇ ਵਿੱਚ ਵਾਈਟਲ ਪਾਵਰ ਹੈਗੀ ਆ ਇਹਦੇ ਨਾਲ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈਗਾ ਜਿਹਦੇ ਨਾਲ ਜਿਹੜੀ ਸਾਡੇ ਅੰਦਰ ਐਕਸਟਰਾ ਸਟੋਰ ਫੈਟ ਹੈਗੀ ਆ ਉਹ ਸਾਡੀ ਬਾਡੀ ਦੀ એનર્ਜੀ ਵਿੱਚ ਕਨਵਰਟ ਹੋ ਜਾਂਦੀ ਹੈ ਨੈਚੁਰਲ ਵੇ ਨਾਲ ਅਸੀਂ ਪਤਲੇ ਕਰਦੇ ਹਾਂਗਾ ਇਹਦੇ ਵਿੱਚ ਜਿੱਦਾਂ ਅਸੀਂ ਪੁਨਰਵਾ ਪਾਇਆ ਹੋਇਆ ਹੈਗਾ arogya vardhini bati ਹੈਗੀ ਆ kachnar guggul ਹੈਗੀ ਆ ਜਾਂ ਇਹਦੇ ਵਿੱਚ garcinia cambogia ਵੀ ਹੈਗਾ ਆ triphala guggul ਹੈਗੀ ਆ ਇਹਨਾਂ ਦੇ ਅਲੱਗ-ਅਲੱਗ ਫੰਕਸ਼ਨ ਹੈਗੇ ਆ ਇੱਕ ਤਾਂ ਕਿਡਨੀ ਜਿਹੜੀ ਹੋ ਗਈ ਆ ਦੂਜਾ ਜਿਹੜੇ ਹੈਗੇ ਸਾਡੇ ਜਿਹੜਾ ਲੰਗਸ ਹੁੰਦੇ ਆ ਫੇਫੜੇ ਵਗੈਰਾ ਉਹਨੂੰ ਠੀਕ ਕਰਦੀ ਹੈਗੀ ਆ ਐਕਸਟਰਾ ਜਿਹੜਾ ਬਾਡੀ ਕੋ ਪਾਣੀ ਬਾਹਰ ਕੱਢ ਦਿੰਦੀ ਹੈਗੀ ਆ ਲੀਵਰ ਨੂੰ ਸਟੀਮੂਲੇਟ ਕਰਦੀ ਹੈਗੀ ਆ ਡਾਈਜੈਸਟਿਵ ਸਿਸਟਮ ਸਾਡਾ ਸਟਰੋਂਗ ਹੋ ਜਾਂਦਾ ਹੈਗਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈਗਾ ਤ੍ਰਿਫਲਾ ਗੁਗਲ ਤਾਂ ਇੰਨੀ ਕੁ ਵਧੀਆ ਹੈਗੀ ਆ ਇਹਦੇ ਨਾਲ ਜઠ ਅਗਨੀ ਜਿਹੜੀ ਹੁੰਦੀ ਹੈ ਜਿਹਦੇ ਨਾਲ ਖਾਣਾ ਪਚਦਾ ਹੈਗਾ ਉਹ ਇਹਦੇ ਨਾਲ ਠੀਕ ਹੋ ਜਾਂਦਾ ਹੈਗਾ ਬਾਕੀ ਫੈਟ ਵਰਨਿੰਗ ਦਾ ਕੰਮ ਤੇ ਕਰਦੇ ਕਰਦੇ ਆ ਲੀਵਰ ਨੂੰ ਵੀ ਡੀਟੌਕਸ ਕਰਦੇ ਆ ਬਾਡੀ ਨੂੰ ਡੀਟੌਕਸ ਕਰਦੇ ਹੈਗੇ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅਜਿਹੇ ਰੂਪੇਤ ਪ੍ਰੋਡਕਟ ਦਾ ਇਹ ਹੀ ਸਭ ਤੋਂ ਵੱਡਾ ਫਾਇਦਾ ਆ ਇਹਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਔਰ ਬੰਦੇ ਦਾ ਭਾਰ ਵੀ ਘਟ ਜਾਂਦਾ ਹੈਗਾ ਬਿਨਾ ਕਿਸੇ ਸਾਈਡ ਇਫੈਕਟ ਦੇ ਜੇ ਕੋਈ ਭਾਰ ਘਟਾ ਦੇਵੇ ਉਹ ਕਿੰਨੀ ਵਧੀਆ ਗੱਲ ਹੈਗੀ ਆ ਜੋ ਲੋਕ ਸਾਨੂੰ ਅਪਰੋਚ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਆਪਣਾ ਕਨਸੈਪਟ ਦੱਸੀਦਾ ਹੈਗਾ ਡਾਈਟ ਪਲਾਨ ਦਈਦਾ ਪ੍ਰੋਡਕਟ ਖਾਂਦੇ ਹੈਗੇ ਆ ਉਹਨਾਂ ਨੂੰ ਤਿੰਨਾਂ ਦਿਨਾਂ ਵਿੱਚ ਹੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਕੋਈ ਦੇਖਣਾ ਤੁਸੀਂ ਉਹ ਵੇਅਿੰਗ ਸਕਿਲ ਦੇਖ ਲਓ ਤਿੰਨ ਦਿਨ ਦੇ ਵਿੱਚ ਹੀ ਤੁਹਾਨੂੰ ਅਸਰ ਹੋਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਸਾਡੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ ਨੇ ਸਤਵਿੰਦਰ ਜੀ ਇਹ ਤਾਂ ਹੁਣ ਗੱਲ ਹੋ ਗਈ ਮੋਟਾਪੇ ਦੀ ਹੈਨਾ ਕਈ ਲੋਕ ਕਮਜ਼ੋਰ ਤੋਂ ਬੜੇ ਪ੍ਰੇੜਿਤ ਆ ਕਿ ਅਸੀਂ ਮੋٹے ਹੋਣਾ ਚਾਹੁੰਦੇ ਆ ਬਟ ਨਹੀਂ ਹੋ ਪਾਰੇ ਬਹੁਤ ਕੁਝ ਖਾਂਦੇ ਆ ਉਹ ਦਵਾਈਆਂ ਵੀ ਟਰਾਈ ਕਰਦੇ ਨੇ ਬਟ ਉਹ ਨਹੀਂ ਹੋ ਪਾਰੇ ਉਹਨਾਂ ਦੇ ਲਈ ਵੀ ਤੁਹਾਡੇ ਲਈ ਕੋਈ ਪ੍ਰੋਡਕਟ ਦਵਾਈ ਦਿੰਦਾ ਹੈ ਬਿਲਕੁਲ ਹੀ ਉਹਨਾਂ ਵਾਸਤੇ ਅਸੀਂ ਜਦੋਂ ਲੀਵਰ ਨੂੰ ਬਿਲਕੁਲ ਅਸੀਂ ਡਾਈਜੈਸਟਿਵ ਸਿਸਟਮ ਨੂੰ ਸਟਰੋਂਗ ਕਰ ਦਈਦਾ ਹੈਗਾ ਇੱਕ ਤਾਂ ਉਹਨਾਂ ਦੀ ਭੁੱਖ ਇੰਨੀ ਕੁ ਵੱਜ ਜਾਂਦੀ ਨੀਤ ਨਹੀਂ ਭਰਦੀ ਪੇਟ ਭਰ ਜਾਂਦਾ ਪੇਟ ਵੱਲ ਦੇਖ ਕੇ ਕਹਿੰਣਗੇ ਵੀ ਮੈਂ ਹੋਰ ਨਹੀਂ ਖਾਣਾ ਪਰ ਖਾਣ ਨੂੰ ਉਹਨਾਂ ਦਾ ਦਿਲ ਕਰੇਗਾ ਉਹ ਜੋ ਵੀ ਖਾਂਦੇ ਆ ਚਾਹੇ ਇੱਕ ਚਮਚ ਵੀ ਕੋਈ ਚੀਜ਼ ਖਾਂਦੇ ਉਹ ਵੀ ਉਹਨਾਂ ਨੂੰ ਲੱਗੇਗੀ ਕੋਈ ਦਵਾਈ ਨੇ ਤੁਹਾਡੀ ਬਾਡੀ ਨੂੰ ਸਹੀ ਰੱਖਣਾ ਹੈਗਾ ਲੀਵਰ ਨੂੰ ਸਹੀ ਰੱਖਣਾ ਹੈਗਾ ਜੋ ਤੁਸੀਂ ਖਾਣਾ ਸਿਹਤ ਉਹਦੇ ਨਾਲ ਵੜਨੀ ਹੈਗੀਆ ਜਦੋਂ ਭੁੱਖ ਵੱਧੂਗੀ ਬੰਦਾ ਵਧੀਆ ਹੈਲਦੀ ਫੂਡ ਲੈਂਦਾ ਹੈਗਾ ਤਾਂ ਉਹਨਾਂ ਦੀ ਜਿੱਦਾਂ ਦੀ ਕਹੋਗੇ ਉਦਾਂ ਦੀ ਸਿਹਤ ਬਣ ਜਾਂਦੀ ਹੈ ਚਿਹਰੇ ਤੇ ਰ ਕਿਹਰੇ ਤੇ ਲਾਲੀ ਆ ਜਾਂਦੀ ਹੈਗੀ ਜਿੱਦਾਂ ਬੰਦਾ ਕੋਈ ਮਸਕੂਲਰ ਹੋਣਾ ਚਾਹੁੰਦਾ ਹੈਗਾ ਪਹਿਲਵਾਨਾਂ ਦੇ ਵਾਂਗ ਹੋਣਾ ਚਾਹੁੰਦਾ ਹੈਗਾ ਜਿਸ ਤਰੀਕੇ ਨਾਲ ਵੀ ਆਪਣੀ ਬਾਡੀ ਨੂੰ ਬਣਾਉਣਾ ਚਾਹੁੰਦਾ ਹੈਗਾ ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਪ੍ਰੋਡਕਟ ਦਿੰਨੇ ਹੈਗੇ ਆ ਅਸਰ ਵੀ ਜਿਹੜਾ ਹੈਗਾ 15 ਦਿਨਾਂ 'ਚ ਬੰਦੇ ਨੂੰ ਪਤਾ ਲੱਗ ਜਾਂਦਾ ਹੈਗਾ ਕੋਈ ਵੀ ਆਪਣਾ ਵੇਇੰਟ ਸਕੇਲ ਤੇ ਦੇਖ ਲਵੇ ਉਹਨਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਊਗਾ ਜੇ ਕੋਈ ਪਤਲੇ ਹੋਣਾ ਚਾਹੁੰਦੇ ਆ ਜੇ ਕੋਈ ਮੋٹے ਹੋਣਾ ਚਾਹੁੰਦੇ ਆ ਉਹ ਸਾਨੂੰ ਅਪਰੋਚ ਕਰ ਸਕਦੇ ਆ ਦੇਖੋ ਸਾਡਾ ਤਾਂ ਕੰਪਨੀ ਦਾ ਨਾਮ ਹੀ ਹੈਗਾ ਡਾਈਟ ਐਂਡ ਫਿਟ ਜੇ ਕੋਈ ਪਤਲੇ ਹੋਣਾ ਚਾਹੁੰਦਾ ਤਾਂ ਪਤਲੇ ਹੋ ਜ ਸਤਿਵਿੰਦਰ ਜੀ ਹੁਣ ਤੁਹਾਡਾ ਜਿਹੜਾ ਪ੍ਰੋਡਕਟ ਦੀ ਗੱਲ ਕਰੀਏ ਹੈ ਨਾ ਪ੍ਰੋਡਕਟ ਕਿਵੇਂ ਅਵੇਲੇਬਲ ਹੈ ਕਈ ਕਈ ਸਾਈਟ ਤੇ ਆਪਾਂ ਜਾ ਕੇ ਇਸ ਨੂੰ ਮਤਲਬ ਕਿ ਅਵੇਲੇਬਲ ਹੈ ਕਈ ਕਈ ਸਾਈਟ ਤੇ ਜਾ ਕੇ ਆਪਾਂ ਇਹਨੂੰ ਲੈ ਸਕਦੇ ਹਾਂ ਇਹ ਖਰੀਦ ਸਕਦੇ ਹਾਂ ਦੇਖੋ ਡਾਈਟ ਐਂਡ ਫਿਟ ਦਾ ਜੋ ਪ੍ਰੋਡਕਟ ਹੈਗੇ ਆ ਉਹ ਸਾਡੀ ਡਾਈਟ ਐਂਡ ਫਿਟ.in ਵੈਬਸਾਈਟ ਤੇ ਜਾ ਸਕਦੇ ਹੈਗੇ ਆ ਸਾਡੇ ਪੇਜ ਤੇ ਜਾ ਸਕਦੇ ਹੈਗੇ ਆ ਆਨਲਾਈਨ ਸਾਨੂੰ ਫੋਨ ਤੇ ਕੰਸਲਟ ਕਰਕੇ ਪਾਊਡਰ ਆਰਡਰ ਮਗਾ ਸਕਦੇ ਹੈਗੇ ਆ ਅਸੀਂ ਹੋਮ ਡਿਲੀਵਰੀ ਕਰਵਾਨੇ ਹੈਗੇ ਆ ਜਿੱਥੇ ਵੀ ਕੋਈ ਮੰਗਾਣਾ ਚਾਹੁੰਦੇ ਉੱਥੇ ਅਸੀਂ ਭੇਜ ਦਿੰਦੇ ਹੈਗੇ ਆ ਇੱਕ ਸਿਰਫ ਫੋਨ ਹੀ ਕਮਾਉਣਾ ਹੈਗਾ ਜਾਂ ਨੈਟ ਤੇ ਤੁਸੀਂ ਸਰਚ ਕਰੋ ਡਾਈਟ ਐਂਡ ਫਿਟ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਉਹ ਤੁਸੀਂ ਆਪਣਾ ਸਾਡਾ ਪ੍ਰੋਡਕਟ ਮੰਗਾ ਸਕਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਇਸ ਪ੍ਰੋਡਕਟ ਦੀ ਕੀ ਕੀਮਤ ਹੈ ਮੈਡੀਸਨ ਜਿਹੜੀ ਸਾਡੀ ਹੈਗੀ ਆ ਜਿਹੜੇ ਸਾਡੇ ਪ੍ਰੋਡਕਟ ਹੈਗੇ 1 ਮਹੀਨੇ ਦਾ 4500 ਰੁਪਏ ਦਾ ਖਰਚਾ ਆ ਜੇ ਕੋਈ ਕਹਿੰਦਾ ਵੀ ਮੈਂ 15 ਦਿਨ ਦੀ ਟਰਾਈ ਕਰਨਾ ਚਾਹੁੰਦਾ ਹਾਂ ਤਾਂ 15 ਦਿਨ ਦੀ ਲੈ ਸਕਦੇ ਆ 15 ਦਿਨ ਦਾ ਸਿਰਫ 2400 ਰੁਪਏ ਦਾ ਖਰਚਾ ਆ ਆ ਉਹਦੇ ਵਿੱਚ ਉਹਨਾਂ ਨੂੰ ਡਾਈਟ ਪਲਾਨ ਵੀ ਦਵਾਂਗੇ ਪ੍ਰੋਡਕਟ ਵੀ ਦਵਾਂਗੇ ਜੋ ਉਹਨਾਂ ਦੀ ਜ਼ਰੂਰਤ ਹੈ ਉਹਦੇ ਹਿਸਾਬ ਨਾਲ ਐਡ-ਆਨ ਕਰਕੇ ਪ੍ਰੋਡਕਟ ਵੀ ਦਵਾਂਗੇ। ਸਤਵਿੰਦਰ ਜੀ ਇਹ ਪ੍ਰੋਡਕਟ ਯੂਜ਼ ਕਰਨ ਦੇ ਨਾਲ-ਨਾਲ ਕਿਤੇ ਸਾਨੂੰ ਡਾਈਟ ਵੀ ਮਲਕੀ ਚੇਂਜ ਕਰਨੀ ਪੈਂਦੀ ਹੈ? ਦੇਖੋ ਜੀ ਡਾਈਟ ਤਾਂ ਬਿਲਕੁਲ ਇਦਾਂ ਦੇ ਪ੍ਰੋਡਕਟ ਤਾਂ ਲੈਣਾ ਵੀ ਨਹੀਂ ਚਾਹੀਦਾ ਹੈਗਾ ਵੀ ਜਿਹੜਾ ਤੁਸੀਂ ਖਾਓ ਔਰ ਪਤਲੇ ਹੋ ਜਾਓ। ਉਹਦੇ ਨਾਲ ਤੁਹਾਨੂੰ ਬਹੁਤ ਸਾਰੀ ਕੰਪਲਿਕੀਸ਼ਨ ਹੋ ਜਾਏਗੀ ਇਵਨ ਕਿ ਬੰਦੇ ਦੀ ਡੈਥ ਵੀ ਹੋ ਸਕਦੀ ਹੈਗੀ ਆ। ਅਸੀਂ ਦਵਾਈ ਦੇ ਨਾਲ ਆਪਣੇ ਸਿਸਟਮ ਨੂੰ ਠੀਕ ਕਰਨਾ ਹੈਗਾ ਆਪਣੇ ਮੈਟਾਬੋਲਿਜ਼ਮ ਨੂੰ ਜਦੋਂ ਫਾਸਟ ਹੋ ਗਿਆ ਸਾਡਾ ਜੋ ਵੀ ਅਸੀਂ ਖਾਂਦੇ ਹੈਗੇ ਆ ਅਸੀਂ ਕੈਲਰੀ ਨੂੰ ਇਨਟੇਕ ਨਹੀਂ ਹੋਣ ਦੇਣਾ ਕਿਉਂਕਿ ਸਾਡੇ ਕੋਲ ਫੈਟ ਦੇ ਰੂਪ ਵਿੱਚ ਬਹੁਤ ਕੁਝ ਹੈਗਾ ਆ ਅਸੀਂ ਕੈਲਰੀ ਦੀ ਇਨਟੇਕ ਨਹੀਂ ਹੋਣ ਦੇ ਦੀ ਸਾਨੂੰ ਫਾਈਬਰ ਦੀ ਜ਼ਰੂਰਤ ਹੈਗੀ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਫਾਈਬਰ ਤੇ ਪ੍ਰੋਟੀਨ ਜਿਹੜਾ ਹੈਗਾ ਆ ਇਹਦੇ ਨਾਲ ਇੱਕ ਤਾਂ ਭੁੱਖ ਘਟ ਲੱਗਦੀ ਹੈਗੀ ਆ ਇਹ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਹੀ ਇਹਦਾ ਦੀ ਰੋਲ ਹੈਗਾ ਇਹਨਾਂ ਦਾ ਫਾਈਬਰ ਦਾ ਤੇ ਪ੍ਰੋਟੀਨ ਦਾ ਅਸੀਂ ਡਾਈਟ ਪਲਾਨ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਹੋਇਆ ਹੈਗਾ ਵੀ ਤੁਸੀਂ ਖਾਣਾ ਕੀ ਹੈਗਾ ਜਦੋਂ ਅਸੀਂ ਉਹਦੇ ਹਿਸਾਬ ਨਾਲ ਚੱਲਦੇ ਹਾਂ ਤਾਂ ਫਿੱਟ ਹੋ ਜਾਂਦੇ ਆ ਤੇ ਇਸ ਕਰਕੇ ਸਾਨੂੰ ਐਦਾਂ ਦੇ ਪ੍ਰੋਡਕਟ ਜੋ ਕਹਿੰਦਾ ਹੈ ਵੀ ਰਾਤੋ-ਰਾਤ ਤੁਹਾਨੂੰ ਪਤਲੇ ਕਰ ਦਾਂਗਾ ਲੈਣਾ ਹੀ ਨਹੀਂ ਹੈਗਾ ਮਰਨੇ ਨਾਲੋਂ ਚੰਗਾ ਹੈਗਾ ਵੀ ਅਸੀਂ ਹੌਲੀ-ਹੌਲੀ ਆਪਣੇ ਆਪ ਨੂੰ ਫਿੱਟ ਕਰ ਲਈਏ ਕਿਉਂਕਿ ਜਦੋਂ ਭਾਰ ਵੱਧਦਾ ਹੈਗਾ ਨਾ ਸਭ ਤੋਂ ਪਹਿਲਾਂ ਪੇਟ ਵੱਧਦਾ ਹੈਗਾ ਉਸ ਤੋਂ ਬਾਅਦ ਹੌਲੀ-ਹੌਲੀ ਸਾਰੇ ਬਾਡੀ ਦੀ ਜਿਹੜੀ ਸਾਡੇ ਮੋਟਾਪੇ ਦੀ ਗ੍ਰਿਫਤ ਵਿੱਚ ਆ ਰਹੀ ਦੀ ਉਦੋਂ ਤਾਂ ਹੀ ਸੋਚਦੇ ਨਹੀਂ ਹੈਗੇ ਹੁਣ ਤੁਸੀਂ ਇਹ ਦੇਖੋ ਭਾਰ ਪਤਾ ਨੂੰ ਕਿੰਨਾ ਟਾਈਮ ਲੱਗਿਆ ਹੈਗਾ ਘਟਾਉਣ ਨੂੰ ਥੋੜਾ ਟਾਈਮ ਤਾਂ ਲੱਗਣਾ ਹੈ ਨਾ ਰਾਤੋ-ਰਾਤ ਕੁਝ ਨਹੀਂ ਹੋਣਾਗਾ ਇਹ ਆ ਵੀ ਜਿੱਦਾਂ ਸਾਡੇ ਕੋਲ ਕੋਈ ਪ੍ਰੋਡਕਟ ਲੈਂਦਾ ਹੈਗਾ ਅਸੀਂ ਅਪ ਟੂ 6 ਕਿਜੀ ਭਾਰ ਮਹੀਨੇ 'ਚ ਘ ਉਹ ਜੋ ਬੰਦੇ ਦਾ ਮੈਟਾਬੋਲਿਕ ਹੈਗਾ ਉਹਦੇ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਦਿੰਨੇ ਆ ਤੇ ਹੌਲੀ ਹੌਲੀ ਬੰਦਾ ਪਤਲੇ ਹੋ ਜਾਂਦੀ ਹੈ ਬੜੇ ਪ੍ਰੋਡਕਟ ਆ ਗਏ ਆ ਕਿ ਜਿਹੜੇ ਸਾਨੂੰ ਪੂਰਾ ਭਰੋਸਾ ਦਿਵਾਉਂਦੇ ਆ ਕਿ ਤੁਸੀਂ ਇੰਨੇ ਦਿਨਾਂ ਚ ਪਤਲੇ ਹੋ ਜਾਓਗੇ ਜਾਂ ਇੰਨੇ ਦਿਨਾਂ ਚ ਤੁਸੀਂ ਮੋਟੇ ਹੋ ਸਕਦੇ ਹੋ ਡਾਈਟ ਐਂਡ ਫਿਟ ਹੀ ਕਿਉਂ ਤੁਸੀਂ ਮਲਕੀ ਪੂਰੇ ਦਾਅਵੇ ਨਾ ਕਹਿੰਦੇ ਹੋ ਕਿ ਇਹ ਮਲਕੀ ਲੋਕਾਂ ਤੇ ਅਸਰ ਕਰਦਾ ਹੈ ਦੇਖੋ ਇੱਕ ਤਾਂ 1999 ਤੋਂ ਅਸੀਂ ਦੇ ਰਹੇ ਹੈਗੇ ਆ ਜਦੋਂ ਤੋਂ ਅਸੀਂ ਦੇ ਰਹੇ ਸੀ ਮਾਰਕੀਟ ਵਿੱਚ ਹੈਗੇ ਆ ਬਹੁਤੀਆਂ ਕੰਪਨੀ ਆਈਆਂ ਬਹੁਤੀਆਂ ਗਈਆਂ ਰੋਜ਼ ਆਉਂਦੀਆਂ ਹੈਗੀਆਂ ਲੋਕ ਜਿੱਦਾਂ ਨਵੀਂ ਬੋਟੀ ਨੂੰ ਸਾਰੇ ਦੇਖਣ ਜਾਂਦੇ ਆ ਲੋਕ ਟਰਾਈ ਵੀ ਕਰਦੇ ਆ ਉਹ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਦਾ ਨਾ ਫਿਰ ਸਾਡੇ ਤੋਂ ਆਂਦੇ ਹੈਗੇ ਆ ਫਿਰ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਲੋੜ ਆ ਉਹਦੇ ਹਿਸਾਬ ਨਾਲ ਅਸੀਂ ਜਦੋਂ ਟ੍ਰੀਟਮੈਂਟ ਦਿੰਨੇ ਭਾਰ ਘਟਦਾ ਹੈਗਾ ਆ ਕਿਉਂਕਿ ਦੇਖ ਦੇਖਣਾ ਚਾਹੀਦਾ ਵੀ ਬੰਦਾ ਮਾਰਕੀਟ 'ਚ ਕਦੋਂ ਦਾ ਕੰਮ ਕਰ ਰਿਹਾ ਹੈਗਾ ਗਾਇਬ ਤਾਂ ਨਹੀਂ ਹੋ ਗਿਆ ਹੈਗਾ ਜੇ ਸਾਡੇ ਪ੍ਰੋਡਕਟ ਵਿੱਚ ਦਮ ਹੈਗਾ ਨਾ ਅਸੀਂ ਤਾਂ ਟਿੱਕੇ ਹੋਏ ਹੈਗੇ ਆ ਜੇ ਸਾਡਾ ਪ੍ਰੋਡਕਟ ਵਿੱਚ ਦਮ ਨਾ ਹੁੰਦਾ ਤਾਂ ਅਸੀਂ ਵੀ ਸ਼ਾਇਦ ਇੱਥੇ ਨਾ ਹੁੰਦੇ ਇਸ ਕਰਕੇ ਪ੍ਰੋਡਕਟ ਦੇ ਨਾਲ-ਨਾਲ ਜਿਹੜਾ ਹੈਗਾ ਅਸੀਂ ਡਾਈਟ ਪਲਾਨ ਦਿੰਨੇ ਆ ਲੋਕਾਂ ਨੂੰ ਅਵੇਅਰ ਕਰਦੇ ਹੈਗੇ ਆ ਕਿੰਨੀ ਕ ਐਕਸਰਸਾਈਜ਼ ਕਰਨੀ ਚਾਹੀਦੀ ਕੀ ਕਰਨਾ ਚਾਹੀਦਾ ਹੈਗਾ ਤਾਂ ਹੀ ਤੁਹਾਨੂੰ ਰਿਜ਼ਲਟ ਵਧੀਆ ਮਿਲਦੇ ਨੇ ਸਤਵਿੰਦਰ ਜੀ ਕਿਤੇ ਮोटापा ਨਾ ਕਿਤੇ ਨਾ ਕਿਤੇ ਡਿਪਰੈਸ਼ਨ ਦਾ ਵੀ ਬਹੁਤ ਵੱਡਾ ਕਾਰਨ ਬਣ ਰਿਹਾ ਹੈ ਬੜੀ ਯੂਥ ਨਾ ਅੱਜਕੱਲ ਡਿਪਰੈਸ਼ਨ ਦੇ ਵਿੱਚ ਗੁਜ਼ਰ ਰਹੀ ਹੈ ਜੋ ਮਲਕੀ ਸੁਸਾਇਟੀ ਤੱਕ ਪਹੁੰਚ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਇਹੀ ਹੈ ਕਿ ਸਾਡਾ ਲਾਈਫ ਸਟਾਈਲ ਸਹੀ ਨਹੀਂ ਹੈ ਜਿਸ ਦੇ ਕਾਰਨ ਆਪਾਂ ਮੋਟਾਪੇ ਦੇ ਵਿੱਚ ਜਾਂਦੇ ਆ ਫਿਰ ਜਦੋਂ ਲੋਕਾਂ ਦੇ ਤਾਨੇ ਮੇਨੇ ਸੁਣਨ ਨੂੰ ਮਿਲਦੇ ਆ ਤੇ ਫਿਰ ਬੰਦਾ ਡਿਪਰੈਸ਼ਨ 'ਚ ਚੱਲ ਜਾਂਦਾ ਜਦੋਂ ਸਾਡਾ ਰੋਹੀ ਜੀ ਲਾਈਫ ਸਟਾਈਲ ਗਲਤ ਹੋ ਜਾਂਦਾ ਹੈਗਾ ਫਟਾ ਗਲਤ ਖਾਣ ਪੀਣ ਹੋ ਜਾਂਦਾ ਮੋਟਾਪਾ ਆ ਜਾਂਦਾ ਹੈਗਾ ਫਿਰ ਜਦੋਂ ਮਨ ਚਾਹੇ ਕੱਪੜੇ ਨਹੀਂ ਅਸੀਂ ਪਾ ਸਕਦੇ ਮਨ ਚਾਹਾਂ ਸਾਨੂੰ ਸਾਥੀ ਨਹੀਂ ਮਿਲਦਾ ਹੈਗਾ ਹਰ ਇੱਕ ਨੂੰ ਜ਼ਰੂਰਤ ਹੁੰਦੀ ਵੀ ਮੇਰਾ ਪਾਰਟਨਰ ਵਧੀਆ ਹੋਵੇ ਜੇ ਤੁਸੀਂ ਬਹੁਤ ਪੜ ਲੈਂਦੇ ਹੋਗੇ ਤੁਹਾਨੂੰ ਸਹੀ ਮੈਚ ਨਹੀਂ ਮਿਲਦਾ ਫਿਰ ਡਿਪਰੈਸ਼ਨ ਹੋਣੀ ਸੁਭਾਵਿਕ ਹੈਗੀਆ ਜਦੋਂ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆਪਣੇ ਲਈ ਤਾਂ ਘਾਤਕ ਹੁੰਦੇ ਆ ਸਮਾਜ ਲਈ ਵੀ ਕਈ ਵਾਰੀ ਦੇਖਿਆ ਬਹੁਤ ਵੱਡਾ ਉਹ ਐਕਸਟ੍ਰੀਮ ਸਟੈਪ ਚੱਕ ਲੈਂਦੇ ਹੈਗੇ ਆ ਇਸ ਕਰਕੇ ਜੇ ਆਪਣੀ ਸਿਰਫ ਕਰਨਾ ਕੀ ਹੈਗਾ ਆਪਾਂ ਹੈਲਦੀ ਫੂਡ ਲੈਣਾ ਤੇ ਲਾਈਫ ਨੂੰ ਜੀਣਾ ਆ ਅਸੀਂ ਆਪਣੇ ਲਈ ਇੰਨਾ ਵੀ ਨਹੀਂ ਕਰ ਸਕਦੇ ਅਸੀਂ ਮਰਨ ਲਈ ਥੋੜੀਆਂ ਆਏ ਆ ਗਲਤ ਚੀਜ਼ਾਂ ਖਾਣ ਲਈ ਥੋੜੀਆਂ ਆਏ ਹੈਗੀਆਂ ਜਿਹੜੇ ਜੋ ਪ੍ਰੋਡਕਟ ਆਪਣੇ ਵੇਚਦੇ ਵੇਚੀ ਜਾਣ ਅਸੀਂ ਸਹੀ ਖਾਣਾ ਬਸ ਜਦੋਂ ਸਾਨੂੰ ਲੱਗੇ ਨਾ ਫਿਰ ਅਸੀਂ ਸਹੀ ਖਾਣਾ ਆ ਸਾਨੂੰ ਪਤਾ ਹੋਣਾ ਕਿ ਤੇ ਪਾਣੀ ਕਿੰਨਾ ਪੀਣਾ ਚਾਹੀਦਾ ਹੈਗਾ ਕਈ ਤਾਂ ਅੱਜ ਕੱਲ ਮੈਂ ਦੇਖਿਆ ਪਾਣੀ ਪੀਂਦਾ ਹੀ ਨਹੀਂ ਬੱਚਿਆਂ ਨੂੰ ਪੁੱਛ ਲਓ ਲੇਡੀਜ਼ ਨੂੰ ਪੁੱਛ ਲਓ ਕੋਈ ਵੀ ਕਹਿੰਦੇ ਅਸੀਂ ਤਾਂ 2-3 ਗਲਾਸ ਪੀਂਦੇ ਆ ਘੱਟ ਪਾਣੀ ਪੀਣ ਦੇ ਨਾਲ ਜਿਹੜੀ ਸਾਡੀ ਬਾਡੀ ਹੈਗੀ ਆ ਜਾਂ ਜਿਹੜੀਆਂ ਲੜਕੀਆਂ ਹੈਗੀਆਂ ਉਹ ਘੱਟ ਖਾਂਦੀਆਂ ਆ ਉਹਦੇ ਨਾਲ ਸਾਡੀ ਜਿਹੜੀ ਬਾਡੀ ਹੈਗੀ ਆ ਇਦਾਂ ਹੈਗਾ ਵੀ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈਗਾ ਜਦੋਂ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਤਾਂ ਬੋਡੀ ਸਾਡੀ ਫੈਟ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈਗੀਆਂ ਪਾਣੀ ਜਿਹੜਾ ਪ੍ਰੋਪਰ ਪੀਣਾ ਚਾਹੀਦਾ ਹੈਗਾ 25 ਕਿਲੋ ਪਿੱਛੇ 1 ਲੀਟਰ ਜੇ ਤੁਹਾਡਾ 75 ਕਿਲੋ ਭਾਰ ਹੈਗਾ ਤੇ ਤੁਸੀਂ 10-12 ਗਲਾਸ ਪੀਣੇ ਹੈਗੇ ਆ ਜੇ ਕਿਸੇ ਦਾ 50-60 ਕਿਲੋ ਭਾਰ ਆ ਫਿਰ ਵੀ 9-8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਤੇ ਕਈ ਕਹਿੰਦੇ ਅਸੀਂ ਪਾਣੀ ਬੇ ਹਿਸਾਬਾ ਪੀਣੇ ਆ ਗਿਆਂ ਉਹ ਬੇ ਹਿਸਾਬਾ ਪਾਣੀ ਵੀ ਜਿਹੜਾ ਹੈਗਾ ਨਾ ਮਾੜਾ ਹੈਗਾ ਕਿਡਨੀ ਤੇ ਇਫੈਕਟ ਹੁੰਦਾ ਕਿਡਨੀ ਫੇਲ ਹੋ ਸਕਦੀ ਹਾਰਟ ਫੇਲ ਹੋ ਸਕਦਾ ਹੈਗਾ ਇਸ ਕਰਕੇ ਜਿੰਨੀ ਸਾਨੂੰ ਜ਼ਰੂਰਤ ਆ ਉਹਦੇ ਹਿਸਾਬ ਨਾਲ ਹੀ ਚੱਲਣਾ ਆ ਉਹਦੇ ਵਾਸਤੇ ਇੱਕ ਅਵੇਅਰਨੈਸ ਦੀ ਲੋੜ ਆ ਕਿਸੇ ਦੀਆਂ ਕਹਾਈਆਂ ਗੱਲਾਂ ਪਿੱਛੇ ਨਹੀਂ ਲੱਗਣਾ ਚਾਹੀਦਾ ਮਟਾਪਾ ਜਾਨ ਲੈਵਾ ਹੈ ਪਰ ਨਾ ਮੁਮਕਨ ਨਹੀਂ ਇਹਦੇ ਨਾਲ ਜੋੜਾਂ ਦਾ ਦਰਦ ਕੈਂਸਰ ਬੀਪੀ ਦਿਲ ਦੇ ਰੋਗ ਸਾਦੀ ਸਮੱਸਿਆ ਬਾਂਜਪਾਨ ਫੈਟੀ ਲੀవర్ ਐਸਿਡਿਟੀ ਸ਼ੂਗਰ ਤੇ ਕੋਲੇਸਟ੍ਰੋਲ ਹੋ ਸਕਦਾ ਹੈਗਾ ਅੱਜ ਹੀ ਇਲਾਜ ਕਰਵਾਓ ਟਾਈਟ ਐਂਡ ਫਿਟ ਟਾਈਟ ਐਂਡ ਫਿਟ ਟਾਈਟ ਐਂਡ ਫਿਟ ਤਾਂ ਤੁਸੀਂ ਨਾਲ ਜੁਣ ਉਸ ਦੀ ਗੱਲ ਕਰਦੇ ਆ ਡਾਈਟ ਐਂਡ ਫਿਟ ਜਿਹੜਾ ਤੁਸੀਂ ਉਹ ਪ੍ਰੋਡਕਟ ਬਣਾਇਆ ਹੋਇਆ ਇਸ ਦੇ ਵਿੱਚ ਕੀ ਕੀ ਮਿਲਦਾ ਹੈ ਦੇਖੋ ਡਾਈਟ ਐਂਡ ਫਿਟ ਜਿਹੜਾ ਪ੍ਰੋਡਕਟ ਹੈਗਾ ਦੇ ਵਿੱਚ ਅਸੀਂ ਇੱਕ ਡਾਈਟ ਐਂਡ ਫਿਟ 3 ਇਨ 1 ਟੈਬਲੇਟ ਦਿੰਨੇ ਹੈਗੇ ਆ ਉਹਦੇ ਨਾਲ ਜਿਹੜਾ ਮੈਟਾਬੋਲਿਜ਼ਮ ਫਾਸਟ ਹੁੰਦਾ ਲਿਵਰ ਸਟੀਮੂਲੇਟ ਹੁੰਦਾ ਹੈਗਾ ਕਿਡਨੀ ਤੱਕ ਠੀਕ ਹੋ ਜਾਂਦੀ ਹੈ ਬੋਡੀ ਦਾ ਐਕਸਟਰਾ ਪਾਣੀ ਬਾਹਰ ਚੱਲਦਾ ਐਡੀਮਾ ਠੀਕ ਹੋ ਜਾਂਦਾ ਹੈ ਬੈਲੀ ਫੈਟ ਘਟ ਜਾਂਦੀ ਹੈਗੀ ਇਸ ਹਿਸਾਬ ਨਾਲ ਬਣਾਇਆ ਹੋਇਆ ਹੈਗਾ ਫੈਟ ਫਰੀ ਨਾਂ ਦਾ ਇੱਕ ਪ੍ਰੋਡਕਟ ਦਿੰਨੇ ਹੈਗੇ ਆ ਉਦੇ ਨਾਲ ਜਿਹੜਾ ਸਾਡਾ ਭੁੱਖ ਤੇ ਕੰਟਰੋਲ ਰੰਦਾ ਹੈ ਨਾ ਵੱਧਦੀਆਂ ਤਾਂ ਨਾ ਘਟਦੀ ਹੈਗੀਆ ਬਾਕੀ ਬੰਦੇ ਦੀ ਜ਼ਰੂਰਤ ਦੇ ਹਿਸਾਬ ਨਾਲ ਜਿਸ ਤਰੀ ਦੀ ਲੋੜ ਉਹ ਦਿੰਦੇ ਆ ਤੇ ਨਾਲ ਅਸੀਂ ਬੈਲੀ ਫੈਟ ਨੂੰ ਘਟਾਉਣ ਵਾਸਤੇ ਇੱਕ ਦਿੰਦੇ ਆ ਟੰਮੀ ਟੱਕ ਜੈੱਲ ਉਹ ਸਾਡਾ ਬਹੁਤ ਜੁਨੀਕ ਪ੍ਰੋਡਕਟ ਹੈਗਾ ਆ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਪ੍ਰੋ ਪੋਸਟ ਪ੍ਰੈਗਨੈਂਸੀ ਕਰਨ ਕਈ ਵਾਰੀ ਬੈਲੀ ਫੈਟ ਹੋ ਜਾਂਦੀ ਹੈਗੀਆ ਉਹਨੂੰ ਘਟਾਉਣ ਵਾਸਤੇ ਬਹੁਤ ਸਾਡਾ ਬੜਾ ਪ੍ਰੋਡਕਟ ਵਧੀਆ ਹੈਗਾ ਉਹਨੂੰ ਕਰਨਾ ਕੀ ਹੈਗਾ ਸਿਰ 15 ਮਿੰਟ ਦੀ ਤੁਸੀਂ ਸ਼ੈਅਰ ਕਰਨੀ ਆ ਉਸ ਤੋਂ ਬਾਅਦ ਆ ਕੇ ਗਰਮ ਪਾਣੀ ਪੀਣਾ ਆ ਗਰਮ ਪਾਣੀ ਪੀ ਕੇ ਪੇਟ ਤੇ ਤੁਸੀਂ 5-7 ਮਿੰਟ ਤੁਸੀਂ ਮ사ਜ ਕਰਨੀ ਹੈਗੀਆ ਉਸ ਤੋਂ ਬਾਅਦ ਕੋਈ ਵੀ ਜਿਹਦਾ ਸਲਿਮਿੰਗ ਵੈਲਟ ਹੁੰਦੀਆਂ ਜਾਂ ਗਰਮ ਕੱਪੜਾ ਲਪੇਟ ਲੈਣਾ ਹੈਗਾ 15 ਮਿੰਟ ਬਾਅਦ ਲਾ ਦਿਓ ਜੋ ਮਰਜੀ ਆਪਣਾ ਕੰਮ ਕਰੋ ਪੇਟ ਘਟਦਾ ਜਾਏਗਾ ਸਤਵਿੰਦਰ ਜੀ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਸੀ ਟੰਮੀ ਟੱਕ ਜੈੱਲ ਵਾਲੀ ਇਹਦੇ ਵਿੱਚ ਕਿਹੜੇ ਕਿਹੜੇ ਇਦਾਂ ਦੇ ਤੁਸੀਂ ਤੱਤ ਮਿਲਾਏ ਹੋਏ ਆ ਕਿ ਜਿਹੜੇ ਤੁਸੀਂ ਇਹਨਾਂ ਦਾਵਾ ਕਰ ਰਹੇ ਹੋ ਕਿ ਐ ਮਲਕੀ ਸਾਡਾ ਪੇਟ ਘਟਾ ਸਕਦੀ ਹੈ ਅ ਨਕੋ ਰੋਹੀ ਜੀ ਮੈਂ ਦਾਵਾ ਨਹੀਂ ਕਰਦਾ ਹੈਗਾ ਮੈਂ ਤਾਂ ਜੋ ਲੋਕਾਂ ਦੀ ਸਕਸੈਸ ਸਟੋਰੀ ਹੈਗੀ ਜਿਨ੍ਹਾਂ ਦਾ ਪੇਟ ਘਟਿਆ ਉਹਦੇ ਬਿਹਾਵ ਤੇ ਐਕਸਪੀਰੀਅੰਸ ਨੂੰ ਆਪਣਾ ਮੈਂ ਐਕਸਪਲੇਨ ਕਰ ਰਿਹਾ ਹੈਗਾ ਜੋ ਅਸੀਂ ਪਾਉਂਦੇ ਹੈਗੇ ਨਾ ਪਟੋਲ ਪੱਤਰ ਪਾਈਦਾ ਇਹਦੇ ਵਿੱਚ ਹੈ ਨਾ ਪਟੋਲ ਇੱਕ ਫਰੂਟ ਹੁੰਦਾ ਹੈਗਾ ਉਹਦੇ ਵੀ ਅਸੀਂ ਯੂਜ਼ ਕਰੀਦਾ ਹੈਗਾ ਨਿੰਮ ਦੇ ਜਿਹੜੇ ਹੈਗੇ ਆ ਪੱਤੇ ਉਹ ਪਾਈਦੇ ਹੈਗੇ ਆ ਕਪੂਰ ਪਾਈਦਾ ਹੈਗਾ ਮੈਂਥਲ ਪਾਈਦਾ ਹੈਗਾ ਗਲੋ ਇਹਦੇ ਵਿੱਚ ਪਾਈਦੀ ਹੈ ਤ੍ਰਿਫਲਾ ਪਾਈਦਾ ਇਹਦੇ ਵਿੱਚ ਇਹ ਜਿਹੜਾ ਚੀਜ਼ਾਂ ਦਾ ਮਿਕਸਚਰ ਤੋਂ ਅਸੀਂ ਤੋਂ ਬਣਾਉਂਦੇ ਹੈਗੇ ਨਾ ਇਹ ਬੜਾ ਛੇਤੀ ਜਿਹੜਾ ਹੈ ਨਾ ਬੈਲੀ ਫੈਟ ਨੂੰ ਘਟਾਉਂਦੀ ਹੈਗੇ ਆ ਕੋਸ਼ਿਕੇ ਜਿਹੜੇ ਪ੍ਰੋਡਕਟ ਹੈਗੇ ਆ ਇਹਨਾਂ ਨੂੰ ਇਕੱਠੇ ਕਰਨੇ ਕਈ ਵਾਰੀ ਔਖਾ ਹੋ ਜਾਂਦਾ ਹੈਗਾ ਇਹਨਾਂ ਨੂੰ ਬਣਾਉਣ ਦਾ ਇੱਕ ਤਰੀਕਾ ਹੈਗਾ ਜੇ ਇਹਨਾਂ ਨੂੰ ਤਰੀਕਾ ਪਤਾ ਉਹਦੇ ਨਾਲ ਹੀ ਇਹ ਘਟਦੇ ਹੈਗੇ ਆ ਸਤਵਿੰਦਰ ਜੀ ਦੇਖਣ ਜੋ ਆਂਦਾ ਹੈ ਕਿ ਮਲਕੀ ਔਰਤਾਂ ਨੂੰ ਵੀ ਮੋਟਾਪਾ ਆਪਣਾ ਸ਼ਿਕਾਰ ਬਣਾਉਂਦਾ ਬੜੇ ਤੇਜ਼ ਦੇ ਨਾਲ ਕਿ ਦੇਖਣ ਦੇ ਵਿੱਚ ਆਂਦਾ ਘਰ ਦੇ ਕੰਮ ਕਰਦੀਆਂ ਬਾਹਰ ਦੇ ਕੰਮ ਕਰਦੀ ਪਰ ਮੋਟਾਪਾ ਉਹਨਾਂ ਨੂੰ ਵੀ ਕਿਉਂ ਆਪਣਾ ਸ਼ਿਕਾਰ ਬਣਾ ਰਿਹਾ ਹੈ ਦੇਖੋ ਸਾਡੇ ਕੋਲ ਨਾ ਤਕਰੀਬਨ 60 ਤੋਂ 70% ਲੇਡੀਜ਼ ਜਿਹੜੀਆਂ ਹੈਗੀਆਂ ਉਹ ਹੀ ਸਾਡੇ ਕੋਲ ਟਰੀਟਮੈਂਟ ਲੈਂਦੀ ਹੈਗੇ ਉਹਨਾਂ ਨੂੰ ਬੜੀ ਪ੍ਰੋਬਲਮ ਹੈਗੀਆਂ ਉਹਨਾਂ ਦੇ ਕਾਫੀ ਚ ਕਈ ਵਾਰ ਤਾਂ ਜਦੋਂ ਕਿਚਨ ਚ ਹੁੰਦੀਆਂ ਹੈਗੇ ਥੋੜਾ ਥੋੜਾ ਖਾਂਦੀਆਂ ਹੈਗੇ ਉਹਨਾਂ ਨੂੰ ਪਤਾ ਨਹੀਂ ਵੀ ਕਿੰਨੀ ਕੈਲਰੀ ਜਿਹੜੀ ਕੰਜੀ ਹੋਮ ਕਰ ਲਈ ਹੈਗੀ ਆ ਜਾਂ ਕਈ ਵਾਰੀ ਉਹ ਦੇਖਦੀਆਂ ਹੈਗੇ ਵੀ ਜਦੋਂ ਪ੍ਰੋਡਕਟ ਤੇ ਲਿਖਿਆ ਹੁੰਦਾ ਨਾ ਲੋ ਫੈਟ ਉਹ ਲੋ ਫੈਟ ਦੇ ਚੱਕਰਾਂ ਚ ਖਾ ਲੈਂਦੇ ਐਕਚੁਅਲੀ ਹੁੰਦਾ ਨਹੀਂ ਉਹ ਉਹ ਜਿਹੜੇ ਲੋ ਫੈਟ ਪ੍ਰੋਡਕਟ ਹੁੰਦੇ ਉਹਨਾਂ ਵਿੱਚ ਬਹੁਤ ਜ਼ਿਆਦਾ ਕੈਲਰੀ ਹੁੰਦੀ ਹੈਗੀ ਆ ਉਹਦੇ ਨਾਲ ਮੋਟਾਪਾ ਜਣਾ ਆਣਾ ਸ਼ੁਰੂ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਚੱਕਰਾਂ ਚ ਕਦੀ ਨਹੀਂ ਪੈਣਾ ਹੈਗਾ ਕਈ ਹੁੰਦੇ ਆ ਵੀ ਜਦੋਂ ਟੀਵੀ ਦੇਖਿਆ ਜਾਂ ਕਿਸੇ ਨੇ ਅੱਜ ਕੱਲ ਡਿਜੀਟਲ ਮਾਰਕੀਟਿੰਗ ਦੇ ਚ ਮੰਨਣਾ ਹੈਗਾ ਮੋਬਾਈਲ ਤੇ ਦੇਖ ਕੇਵਲ ਲੋਰ ਤਾਂ ਬਹੁਤ ਘੱਟ ਖਾਣਾ ਸ਼ੁਰੂ ਕਰ ਦਿੰਦੀਆਂ ਹੈਗੀਆਂ ਉਹ ਘੱਟ ਨਹੀਂ ਖਾਣਾ ਹੈਗਾ ਸਹੀ ਖਾਣਾ ਹੈਗਾ ਜਦੋਂ ਘੱਟ ਖਾਂਦੀਆਂ ਹੈਗੀਆਂ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਤੇ ਬਾਡੀ ਸਾਡੀ ਜਿਹੜੀ ਫੈਟ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈਗੀਆਂ ਦੂਜਾ ਹੈਗਾ ਵੀ ਹਾਰਮੋਨਲ ਚੇਂਜਸ ਜਦੋਂ ਔਰਤਾਂ ਚਾਹਦੀਆਂ ਨਾ 45 ਸਾਲ ਦੇ ਵਿੱਚ ਮੈਨੋ ਪੌਜ਼ ਦਾ ਜਦੋਂ ਟਾਈਮ ਹੁੰਦਾ ਆ ਉਦੋਂ ਉਹਨਾਂ ਦੀ ਭੁੱਖ ਵਧ ਜਾਂਦੀ ਹੈਗੀਆਂ ਉਦੋਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ ਪਤਾ ਨਹੀਂ ਹੈਗਾ ਇੱਕ 35 ਸਾਲ ਦੀ ਜਦੋਂ ਏਜ ਹੁੰਦੀ ਹੈ ਉਹਨਾਂ ਨੂੰ ਕੈਲਸ਼ੀਅਮ ਲੈਣਾ ਚਾਹੀਦਾ ਹੈਗਾ ਜੋ ਕੈਲਸ਼ੀਅਮ ਲੈ ਲੈਣਗੇ ਤੇ ਠੀਕ ਹੈ ਨਹੀਂ ਲੈਣਗੇ ਐ ਉਦੇ ਨਾਲ ਉਹਨਾਂ ਦੇ ਮੈਂਸੂਰੇਸ਼ਨ ਘਟ ਜਾਂ ਵਧ ਜਾਣਗੇ ਜਦੋਂ ਮੈਂਸੇਜ ਘਟ ਜਾਂ ਵਧਾਣੇ ਸ਼ੁਰੂ ਹੋ ਗਏ ਇੱਕ ਤਾਂ ਗੁੱਸਾ ਆਣਾ ਸ਼ੁਰੂ ਹੋ ਜਾਊਗਾ ਦੂਜਾ ਚਿਹਰੇ ਤੇ ਹਲਕੇ ਹਲਕੇ ਬਾਲ ਆਣੇ ਸ਼ੁਰੂ ਹੋ ਜੂਗੇ ਪੇਟ ਜਿਹੜਾ ਵਧਣਾ ਸ਼ੁਰੂ ਹੋ ਜਾਏਗਾ ਇਹਨਾਂ ਚੀਜ਼ਾਂ ਦਾ ਉਹਨਾਂ ਨੇ ਖਿਆਲ ਰੱਖਣਾ ਜਦੋਂ ਉਹਨਾਂ ਨੂੰ ਕੋਈ ਕੰਪਲਿਕੀਸ਼ਨ ਆਂਦੀ ਹੈ ਨਾ ਤੇ ਨਾਲ ਹੀ ਦੱਸ ਦੇਣਾ ਚਾਹੀਦਾ ਹੈਗਾ ਬੜੀ ਅੱਜਕੱਲ ਆਦਤ ਹੈਗੀ ਆ ਲੇਡੀਜ਼ ਨੂੰ ਵੀ ਅਸੀਂ ਨਾ ਲੋ ਕਾਰਬਸ ਵਾਲੀਆਂ ਚੀਜ਼ਾਂ ਖਾਣੀਆਂ ਹੈਗੀਆਂ ਐਕਚੁਅਲੀ ਜਿਹੜੇ ਹੈਗੇ ਹਨ ਜੋ ਸਾਡੀ ਬਾਡੀ ਦੀ ਜ਼ਰੂਰਤਾਂ ਸੀ ਉਹਦੇ ਹਿਸਾਬ ਨਾਲ ਖਾਣਾ ਹੁੰਦਾ ਪ੍ਰੋਪਰ ਇੱਕ ਗਾਈਡਲਾਈਨ ਲੈ ਕੇ ਫੇਰ ਹੀ ਸਾਨੂੰ ਕੋਈ ਵੀ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਹੈਗਾ ਕਈ ਵਾਰੀ ਉਹ ਚੀਜ਼ਾਂ ਨਹੀਂ ਫੋਲੋ ਕਰਦੀਆਂ ਲੇਡੀਜ਼ ਉਸ ਕਰਕੇ ਮੋਟਾਪੇ ਜਿਆਦਾ ਗ੍ਰਿਫਤ ਵਿੱਚ ਆ ਰਹੀਆਂ ਨੇ ਸਤਿੰਦਰ ਜੀ ਜਿਵੇਂ ਪ੍ਰੈਗਨੈਂਟ ਲੇਡੀ ਹੁੰਦੀਆਂ ਨੂੰ ਡਾਕਟਰ ਕਹਿੰਦੇ ਕਿ ਤੁਸੀਂ ਜਿਆਦਾ ਫੂਡ ਕੰਜ਼ਿਊਮ ਕਰੋ ਹਨਾ ਜਿਆਦੇ ਤੋਂ ਜਿਆਦਾ ਓਵਰ ਈਟਿੰਗ ਕਰੋ ਕਿ ਬੱਚਾ ਤੰਦਰੁਸਤ ਹੋਵੇ ਤਾਂ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਵੀ ਪੇਟ ਬਾਅਦ ਦੇ ਵਿੱਚ ਫੁੱਲਣਾ ਸ਼ੁਰੂ ਹੋ ਜਾਂਦਾ ਤੇ ਉਹਨੂੰ ਕਿਵੇਂ ਮਲਕੀਨ ਦੀ ਜਾਤ ਪਾ ਸਕਦੇ ਹੋ ਦੇਖੋ ਜੀ ਇੱਕ ਨਾ ਔਰਤਾਂ ਨੂੰ ਬੜੀ ਇੱਕ ਧਾਰਨਾ ਹੈਗੀ ਆ ਕਿ ਮੈਂ ਹੁਣ ਇਕੱਲੇ ਨਹੀਂ ਖਾਣਾ ਮੈਂ ਹੁਣ ਜਿੰਨੇ ਉਹ ਖਾ ਰਹੇ ਹੁੰਦੇ ਨੇ ਉਸ ਤੋਂ ਸਿਰਫ 300 ਕੈਲਰੀ ਵੱਧ ਲੈਣੀ ਹੁੰਦੀ ਆ ਉਹ 300 ਨਹੀਂ ਲੈਂਦੇ ਹੈਗੇ ਆਪਣੀ ਕੈਲਰੀ ਨੂੰ ਡਬਲ ਕਰ ਦਿੰਦੀ ਹੈਗੇ ਜਿਸ ਕਰਕੇ ਉਹਨਾਂ ਨੂੰ ਵੀ ਟਮਟਾਪਾ ਆ ਜਾਂਦਾ ਹੈਗਾ ਹੁਣ ਜਦੋਂ ਮਟਾਪਾ ਆ ਜਾਂਦਾ ਹੋਵੇ ਐਵੇਂ ਤਾਂ ਜਾਏਗਾ ਨਹੀਂ ਨਾ ਅਸੀਂ ਉਹਨਾਂ ਨੂੰ ਦੱਸਦੇ ਹੈਗੇ ਜੇ ਕੋਈ ਪ੍ਰੈਗਨੈਂਟ ਲੇਡੀ ਹੈਗੀ ਆ ਉਹ ਅੱਗੇ ਵੀ ਫਿਟ ਰਹਿਣਾ ਚਾਹੁੰਦੇ ਹੈਗੇ ਆ ਸਾਨੂੰ ਦੱਸ ਦੇਣ ਅਸੀਂ ਉਹਨਾਂ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦੀ ਤੁਸੀਂ ਡਾਈਟ ਵਿੱਚ ਰਹਿਣਾ ਹੈਗਾ ਕਿੰਨੀ ਕੈਲਰੀ ਤੁਸੀਂ ਵੱਧ ਲੈਣੀ ਹੈਗੀ ਇੱਕ ਤਾਂ ਉਹ ਅਸੀਂ ਦੱਸਦੇ ਹੈਗੇ ਦੂਜਾ ਸਾਡੀ ਟੰਮੀ ਟੱਕ ਜ ਲਈ ਜੈਲ ਹੈਗੀ ਉਹ ਲਗਾ ਸਕਦੇ ਹੈਗੇ ਆ ਇੱਕ ਤਾਂ ਉਹਨਾਂ ਦੇ ਜਿਹੜੇ ਪੇਟ ਦੇ ਤੇ ਸਟ੍ਰੈਚ ਮਾਰਕਸ ਜਿਹੜੇ ਪੈ ਜਾਂਦੇ ਆ ਕਈ ਵਾਰ ਪ੍ਰੈਗਨੈਂਸੀ ਕਰਕੇ ਉਹ ਨਹੀਂ ਪੈਣਗੇ ਸਕਿਨ ਵੀ ਠੀਕ ਰਹੂਗੀ ਤਾਂ ਪੇਟ ਵੀ ਨਹੀਂ ਵਧੇਗਾ ਖਾਣੇ ਵਾਲੀ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਇੱਕ ਡਾਈਟ ਨੂੰ ਸਹੀ ਕਰ ਲੈਣਾ ਕਿ ਕਿਹੜੀ ਖਾਣੀ ਹੈਗੀ ਆ ਤੇ ਦੁੱਧਾ ਖੱਡਾ ਜਿਹੜਾ ਪ੍ਰੋਡਕਟ ਉਹ ਅਪਲਾਈ ਕਰਨਾ ਤੇ ਉਹ ਠੀਕ ਰਹਿਣਗੇ ਉਹ ਹੀ ਜਿੱਦਾਂ ਹੁਣ ਮਲਕੀ ਜਿਹਦਾ ਪ੍ਰੈਗਨੈਂਟ ਲੇਦੀ ਹੁੰਦੀ ਉਸ ਤੋਂ ਬਾਅਦ ਨਾ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਕਿ ਸਟ੍ਰੈਚ ਮਾਰਕਸ ਪੈ ਗਏ ਹਨਾ ਬਹੁਤ ਮਾਰਕੀਟ ਦੇ ਵਿੱਚ ਉਹ ਮਲਕੀ ਜਾਂਦੀਆਂ ਦਵਾਈਆਂ ਲੱਭਦੀਆਂ ਕਿ ਉਹ ਮਲਕੀ ਸਟ੍ਰੈਸ ਮਾਰਕਸ ਜਿਹੜੇ ਆ ਉਹ ਮਲਕੀ ਗਾਇਬ ਹੋ ਜਾਣ ਤੇ ਬਿਲਕੁਲ ਹੀ ਜਿਹੜਾ ਸਾਡਾ ਟੰਮੀ ਟੱਕ ਜੈਲ ਦਾ ਪ੍ਰੋਡਕਟ ਹੈਗਾ ਨਾ ਸਟ੍ਰੈਚ ਮਾਰਕਸ ਨੂੰ ਤਾਂ ਠੀਕ ਕਰਦੇ ਕਰਦਾ ਹੈਗਾ ਜਿਹੜੀ ਲਟਕੀ ਹੋਈ ਸਕਿਨ ਹੈਗੀ ਰਫ ਸਕਿਨ ਹੈਗੀ ਉਹਨੂੰ ਵੀ ਠੀਕ ਕਰਦਾ ਹੈਗਾ ਇੱਕ ਤਾਂ ਇਹ ਐਂਟੀ ਸੈਲੋਲਾਈਟ ਕਰੀਮ ਹੈਗੀ ਆ ਜਿਹੜੀ ਸੈਲੋਲਾਈਟ ਦੀ ਪ੍ਰੋਬਲਮ ਹੈਗੀ ਹੈ ਨਾ 85% ਜਿਹੜੀ ਲੇਡੀਜ਼ ਨੂੰ ਹੈਗੀਆਂ ਚਾਹੇ ਉਹ ਮਾਡਲਸ ਹੋਣ ਐਥਲੀਟ ਹੋਣ ਜਿੰਨਾ ਮਰਜੀ ਕੋਈ ਹਾਰਡ ਵਰਕ ਕਰਨ ਉਹ ਸੈਲੋਲਾਈਟ ਦੀ ਪ੍ਰੋਬਲਮ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਵੀ ਕਈ ਵਾਰੀ ਜਦੋਂ ਆ ਜਿਹੜਾ ਥਾਈਜ਼ ਹੁੰਦੇ ਹੈਗੇ ਆ ਜਾਂ ਪੇਟ ਹੁੰਦੇ ਹਲਕੇ ਹਲਕੇ ਹਵਾਰ ਹੁੰਦੇ ਸੰਤਰੇ ਦੀ ਛਿੱਲੜ ਦੇ ਵਾਂਗ ਉਹਨੂੰ ਕਹਿੰਦੇ ਹੈਗੇ ਮੈਂ ਸਮੂਥ ਨਹੀਂ ਹੁੰਦੀ ਸਕੇ ਨੇ ਜਿਹੜੀ ਹੈਗੀ ਆ ਜੈਂਟਸ ਨੂੰ ਪ੍ਰੋਬਲਮ ਨਹੀਂ ਹੁੰਦੀ ਹੈਗੀ ਲੇਡੀਜ਼ ਨੂੰ 85% ਨੂੰ ਹੋ ਜਾਂਦੀ ਆ ਉਹ ਵੀ ਇਹਦੇ ਨਾਲ ਠੀਕ ਹੋ ਜਾਂਦੀ ਹੈਗੀ ਲੰਪੀ ਸਕਿਨ ਜਿਹੜੀ ਹੁੰਦੀ ਹੈਗੀ ਹਲਕੇ ਹਲਕੇ ਹਵਾਰ ਜਿਹੜੇ ਉਹ ਠੀਕ ਹੋ ਜਾਂਦੇ ਆ ਫਲੈਟ ਹੋ ਜਾਂਦੀ ਹੈਗੀ ਇਹ ਤਾਂ ਇੱਕ ਸਮਝ ਲਓ ਉਹਨਾਂ ਨੂੰ ਨਾ ਮਟਾਪੇ ਨੂੰ ਜਿਹੜਾ ਇਹ ਪ੍ਰੋਡਕਟ ਨਾਲ ਯੂਜ਼ ਕਰਦਾਗਾ ਸਾਡੀ ਟੰਮੀ ਟੱਕ ਜੈਲ ਜਿਹੜੀ ਹੈਗੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇੱਕ ਨਾਲ ਕਈ ਬਿਮਾਰੀਆਂ ਨਾਲ ਇਹਦੇ ਠੀਕ ਹੁੰਦੀਆਂ ਨੇ ਮਤਲਬ ਇਹਨੂੰ ਆਪਾਂ ਟੰਮੀ ਦੇ ਨਾਲ-ਨਾਲ ਥਾਈਸ ਤੇ ਵੀ ਜਿੱਥੇ-ਇਥੇ ਸਾਡਾ ਮਲਕੀ ਲੱਗਦਾ ਹੈ ਕਿ ਮਾਸ ਐਕਸਟਰਾ ਹੈ ਉਹਦੇ ਤੇ ਆਪਾਂ ਅਪਲਾਈ ਕਰ ਸਕਦੇ ਹਾਂ ਬਿਲਕੁਲ ਜੀ ਕਈਆਂ ਦੀ हिਪ ਵਧੀ ਹੁੰਦੀ ਹੈਗੀਆ ਕਈਆਂ ਦੇ ਥਾਈਸ ਵਧੇ ਹੁੰਦੇ ਹੈਗੇ ਆ ਜਿਹੜੇ ਲੇਡੀਜ਼ ਹੁੰਦੀਆਂ ਹਨਾ ਉਹਨਾਂ ਦਾ ਜਿਹੜਾ ਮਟਾਪਾ ਥਾਈ ਦੇ ਵਿੱਚ ਜ਼ਿਆਦਾ ਆਂਦਾ ਜੈਟਸ ਦੇ ਬੈਲੀ ਵਿੱਚ ਆਂਦਾ ਹੈਗਾ ਉਹ ਜਿੱਥੇ ਵੀ ਕੋਈ ਫੈਟ ਹੈਗੀ ਨਾ ਉੱਥੇ ਲਗਾ ਸਕਦੇ ਆ ਕੋਈ ਇਰੀਟੇਸ਼ਨ ਨਹੀਂ ਹੁੰਦੀ ਇਹਦੇ ਨਾਲ ਪੇਟ ਵੀ ਘਟਦਾ ਹੀ ਹੈਗਾ ਆ ਤੇ ਨਾਲ ਸਕਿਨ ਵੀ ਠੀਕ ਹੁੰਦੀ ਆ ਸਤਿਵਿੰਦਰ ਜੀ ਇਦਾਂ ਹੁਣ ਮੈਂ ਆਪਣੀ ਗੱਲ ਕਰਦੀ ਆ ਹਨਾ ਕਿ ਮੈਂ ਸ਼ੁਰੂ ਤੋਂ ਪਤਲੀ ਆ ਤੇ ਮੈਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਚਾਹੁੰਦੀ ਆ ਕਿ ਮੈਂ ਪਤਲੀ ਹੀ ਹੋਵਾਂ ਕਿ ਮੈਂ ਸੋਹਣੀ ਦਿਖਾਂ ਮਲਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਾਂ ਮੈਨੂੰ ਦੱਸੋ ਕਿ ਮੈਂ ਕਿਵੇਂ ਆਪਣੀ ਬੋਡੀ ਨੂੰ ਦੇ ਗੇਨ ਕਰ ਸਕਦੀ ਆ ਦੇਖੋ ਰੋਹੀ ਜੀ ਇੱਕ ਤਾਂ ਹਰ ਇੱਕ ਜਿਹੜੀਆਂ ਲੜਕੀਆਂ ਹੁੰਦੀਆਂ ਵੀ ਮੈਂ ਸੁੰਦਰ ਨਜ਼ਰ ਆਣਾ ਹੈਗਾ ਨਾ ਉਹ ਹਰ ਇੱਕ ਦੀ ਤਮੰਨਾ ਹੁੰਦੀ ਹੈਗੀ ਆ ਫਿਟਨੈਸ ਜੇ ਤੁਹਾਡੇ ਵਿੱਚ ਹੋਏਗੀ ਤਾਂ ਤਾਂ ਹੀ ਤੁਹਾਡੀ ਜਿਹੜੀ ਖੂਬਸੂਰਤੀ ਹੋਰ ਅਭਾਰ ਹੋਵੇਗਾ ਉਸ ਚੀਜ਼ ਦਾ ਹਨ ਹੁਣ ਇਹ ਤਾਂ ਹੈ ਨਹੀਂ ਉਹ ਵੀ ਇਦਾਂ ਦਾ ਕੋਈ ਪ੍ਰੋਡਕਟ ਬਣਿਆ ਹੋਵੇ ਵੀ ਜਿਹੜਾ ਤੁਸੀਂ ਖਾਧਾ ਤੇ ਸਾਰੀ ਉਮਰ ਤੁਸੀਂ ਸਟੈਚੂ ਰਹੋਗੇ ਉਹ ਨਹੀਂ ਹੋ ਸਕਦਾ ਹੈਗਾ ਇਹਦੇ ਵਿੱਚ ਅਸੀਂ ਸਿਰਫ ਤੁਹਾਨੂੰ ਇੱਕ ਅਵੇਅਰਨੈਸ ਦੇ ਸਕਦੇ ਹੈਗੇ ਆ ਕਿ ਤੁਸੀਂ ਕਰਨਾ ਕੀ ਹੈਗਾ ਜਦੋਂ ਤੁਹਾਨੂੰ ਅਵੇਅਰ ਹੋ ਜਾਊਗਾ ਵੀ ਮੈਂ ਅਸੀਂ ਟਾਈਮ ਟੂ ਟਾਈਮ ਕੀ ਕਰਨਾ ਹੈਗਾ 35 ਸਾਲ ਦੀ ਉਮਰ 'ਚ ਕੀ ਕਰਨਾ 45 ਸਾਲ ਦੀ ਉਮਰ 'ਚ ਕੀ ਕਰਨਾ ਹੈ ਆ ਵੱਡੀ ਉਮਰ ਵਿੱਚ ਕੀ ਕਰਨਾ ਹੈਗਾ ਫੇਰ ਤੁਸੀਂ ਹਮੇਸ਼ਾ ਲਈ ਫਿੱਟ ਰਹਿ ਸਕਦੇ ਆ ਇੱਕ ਐਕਟ੍ਰੈਸ ਤੁਸੀਂ ਦੇਖ ਲਓ ਜਿੰਨੀਆਂ ਵੀ ਹੈਗੀਆਂ ਬੋਡੀਵਰਡ ਵਿੱਚ ਨਾ ਹੋਰ ਹਾਲੀਵੁੱਡ ਵਿੱਚ ਉਹ ਪਤਲੀਆਂ ਰਹਿੰਦੀਆਂ ਹੈਗੀਆਂ ਨਾ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਉਹਨਾਂ ਦੀ ਜ਼ਰੂਰਤ ਵੀ ਹੈਗੀ ਆ ਜਦੋਂ ਸਾਨੂੰ ਪਤਾ ਹੋਵੇ ਅਸੀਂ ਸਮਝੀਏ ਵੀ ਸਾਨੂੰ ਜ਼ਰੂਰਤ ਹੈਗੀ ਫਿੱਟ ਰਹਿਣ ਦੀ ਫੇਰ ਤੁਸੀਂ ਰਹਿ ਸਕਦੇ ਆ ਤੁਹਾਡੇ ਵਿੱਚ ਬਿਲ ਪਾਵਰ ਹੋਣੀ ਚਾਹੀਦੀ ਹੈ ਕਿਸੇ ਪ੍ਰੋਡਕਟ ਨਾਲ ਤੁਸੀਂ ਨਹੀਂ ਇਹ ਹੋ ਸਕਦੇ ਬਹੁਤੇ ਸਾਨੂੰ ਵੀ ਪੁੱਛਦੇ ਹੈਗੇ ਆ ਵੀ ਮੇਰਾ ਭਾਰ ਘਟ ਗਿਆ ਮੇਰਾ ਭਾਰ ਦੁਬਾਰਾ ਤਾਂ ਨਹੀਂ ਵਧੇਗਾ ਦੇਖੋ ਜਦੋਂ ਅਸੀਂ ਗਲਤ ਖਾਵਾਂਗੇ ਭਾਰਤ ਬਰ ਸਕਦਾ ਹੁਣ ਮੈਂ ਥੋੜੀ ਤੁਹਾਡੇ ਅੰਦਰ ਕੋਈ ਚੀਜ਼ ਪਾ ਦੇਣੀ ਹੈਗੀ ਹੈ ਨਾ ਜਦੋਂ ਬੰਦਾ ਕੋਈ ਗਲਤ ਖਾਂਦਾ ওভারੀਟਿੰਗ ਕਰਦਾ ਹੈਗਾ ਬੇ ਟੰਗਾ ਖਾਂਦਾ ਹੈ ਪ੍ਰੋਪਰ ਨੀਂਦ ਨਹੀਂ ਲੈਂਦਾ ਹੈਗਾ ਉਹਦੀ ਲਾਈਫ ਡਿਸਟਰਬ ਹੋ ਜਾਂਦੀ ਹੈ ਡਿਪਰੈਸ਼ਨ ਵਿੱਚ ਹੋ ਜਾਂਦਾ ਉਹ ਮੋਟਾਪਾ ਤਾਂ ਫਿਰ ਕਿਸੇ ਨੂੰ ਵੀ ਹੋ ਸਕਦਾ ਹੈਗਾ ਨਾ ਜੇਕਰ ਬੰਦਾ ਅਵੇਅਰ ਹੈਗਾ ਸਹੀ ਖਾਂਦਾ ਹੈਗਾ ਨਾ ਉਹਨੂੰ ਮੋਟਾਪਾ ਕਦੇ ਨਹੀਂ ਹੋ ਸਕਦਾ ਤੁਸੀਂ ਹਮੇਸ਼ਾ ਲਈ ਫਿੱਟ ਰਹਿ ਸਕਦੇ ਆ ਸਿਰਫ ਅਵੇਅਰਨੈਸ ਦੇ ਨਾਲ ਬੀਨੋ ਅਕਸਰ ਹੈ ਕੁੜੀਆਂ ਪੁੱਛਦੀਆਂ ਵਾਂ ਕਿ ਤੂੰ ਇੰਨੀ ਫਿੱਟ ਕਿਵੇਂ ਆ ਤੂੰ ਆਪਣਾ ਰਾਜ਼ ਦੱਸ ਹਨਾ ਤਾਂ ਮੈਂ ਉਹੀ ਉਹਨਾਂ ਨੂੰ ਇਹੀ ਮਲਕੀ ਕਹਿੰਦੀਆਂ ਕਿ ਐਕਸਰਸਾਈਜ਼ ਕਰੋ ਆਪਣੇ ਖਾਣ ਪੀਣ ਵੱਲ ਧਿਆਨ ਦਿਓ ਤੇ ਇਸੇ ਕਰਕੇ ਤੁਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਬਿਲਕੁਲ ਤੁਸੀਂ ਸਹੀ ਕਿਹਾ ਤਾਂ ਸਾਨੂੰ ਕਰਨਾ ਵੀ ਇਸ ਤਰ੍ਹਾਂ ਚਾਹੀਦਾ ਹੈਗਾ ਸਾਡੀ ਬਾਡੀ ਇੱਕ ਬੈਂਕ ਦੀ ਬਾਗ ਹੈਗੀ ਆ ਅਸੀਂ ਜਿੰਨੀ ਕੈਲਰੀ ਡਿਪੋਜ਼ਿਟ ਕਰਾਂਗੇ ਨਾ ਐਕਟਿਵ ਵੀ ਤਾਂ ਸਾਨੂੰ ਕਰਨੇ ਪੈਣੀ ਜੇ ਨਹੀਂ ਹੋਈ ਤਾਂ ਅਸੀਂ ਮੋਟਾਪੇ ਦੇ ਸ਼ਿਕਾਰ ਹੋ ਜਾਵਾਂਗੇ ਇਸ ਕਰਕੇ ਤੁਸੀਂ ਜੇ ਤੁਹਾਨੂੰ ਅਵੇਅਰਨੈਸ ਆ ਗਈ ਬੋਡੀ ਵਧੀਆ ਕਰ ਲੱਗ ਗਈ ਤਾਂ ਲੋਕਾਂ ਨੂੰ ਵੀ ਅਵੇਅਰ ਹੀ ਹੋਣਾ ਚਾਹੀਦਾ ਹੈਗਾ ਡਾਈਟ ਵੱਲ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਜੋ ਸਾਡੇ ਲੋਕਲ ਚੀਜ਼ਾਂ ਖਾਂਗੀਆਂ ਹਨਾ ਉਹੀ ਸਾਨੂੰ ਖਾਣੇ ਚਾਹੀਦੀਆਂ ਹੈਗਾ ਇਹ ਨਹੀਂ ਹੈ ਕਿ ਜੇ ਕੋਈ ਬੰਬੇ ਚੀਜ਼ ਹੈਗੀ ਜਾਂ ਬਾਹਲੇ ਦੇਸ਼ਾਂ ਦੇ ਫਰੂਟ ਆਉਂਦੇ ਜਾਂ ਸਬਜ਼ੀਆਂ ਆਉਂਦੀਆਂ ਐਵੇਂ ਵੇਟਾਂਗੇ ਖਾਈ ਜੇ ਤਾਂ ਸਾਨੂੰ ਨਿਊਟ੍ਰੀਸ਼ਨ ਹੀ ਨਹੀਂ ਮਿਲਣਾ ਅਸੀਂ ਜੋ ਸਾਡੇ ਲੋਕਲ ਚੀਜ਼ਾਂ ਉਹੀ ਅਸੀਂ ਖਾਵਾਂਗੇ ਨਾ ਤਾਂ ਅਸੀਂ ਫਿੱਟ ਰਵਾਂਗੇ ਸਤਿੰਦਰ ਜੀ ਜਿੱਦਾਂ ਹੁਣ ਮੋਟਾਪੇ ਲਈ ਤੁਸੀਂ ਕਹਤਾ ਡਾਈਟ ਨ ਫਿੱਟ ਹਨਾ ਪ੍ਰੋਡਕਟ ਯੂਜ਼ ਕਰੋ ਜਿਹੜਾ ਬੰਦਾ ਮਲਕੀ ਫਿੱਟ ਹੈ ਉਹ ਵੀ ਐਸ ਪ੍ਰੋਡਕਟ ਨੂੰ ਅਪਲਾਈ ਕਰ ਸਕਦਾ ਕਿ ਮੈਂ ਫਿੱਟ ਹੀ ਰਵਾਂ ਕਿ ਮੈਂ ਮੋਟਾ ਹੀ ਨਾ ਹੋਵਾਂ ਬਸ ਨਾ ਕਈਆਂ ਨੂੰ ਇਹ ਹੁੰਦਾ ਆ ਕਿ ਹੋ ਸਕਦਾ ਮੇਰਾ ਭਾਰ ਵੱਧ ਨਾ ਜਾਵੇ ਲੇਡੀਜ਼ ਨੂੰ ਖਾਸ ਕਰਕੇ ਹੁੰਦਾ ਹੈਗਾ ਜਦੋਂ ਉਹਨਾਂ ਨੂੰ ਕੋਈ ਸ਼ੱਕ ਲੱਗਦਾ ਜਾਂ ਹਲਕਾ ਜਿਹਾ ਵੀ ਭਾਰ ਵਧਦਾ ਜਾਂ ਹਲਕਾ ਜਿਹਾ ਵੀ ਪੇਟ ਬਦਲਣਾ ਸ਼ੁਰੂ ਹੋ ਜਾਂਦਾ ਨਾ ਤੇ ਉਹ ਸਾਡਾ ਪ੍ਰੋਡਕਟ ਲੈ ਸਕਦੀਆਂ ਹੈਗੀਆਂ ਸਾਡੇ ਡਾਈਟ ਪਲਾਨ ਨੂੰ ਵੀ ਅਡਾਪਟ ਕਰ ਸਕਦੀਆਂ ਹੈਗੀਆਂ ਤੰਮੀ ਟੱਕ ਜਰ ਲਗਾ ਸਕਦੇ ਹੈਗੀਆਂ ਮੇਨ ਮਕਸਦ ਇਹ ਹੈ ਵੀ ਅਸੀਂ ਪਤਲੇ ਰਹਿਣਾ ਜੇ ਤੁਹਾਡੇ ਤੋਂ ਕੰਟਰੋਲ ਨਹੀਂ ਹੋ ਸਕਦਾ ਨਾ ਤੇ ਉਹਦੇ ਵਾਸਤੇ ਤਾਂ ਅਸੀਂ ਬੈਠੇ ਹੈਗੇ ਆ ਜੇ ਤੁਹਾਡੇ ਤੋਂ ਕੰਟਰੋਲ ਹੁੰਦਾ ਤਾਂ ਵਧੀਆ ਗੱਲ ਹੈਗਾ ਜੇ ਨਹੀਂ ਹੋ ਰਿਹਾ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਦਵਾਂਗੇ ਵੈਸਟ ਤਰੀਕਾ ਵੀ ਕੀ ਕਰਨਾ ਕੀ ਹੈਗਾ ਨਾ ਤੇ ਜੇ ਕਿਸੇ ਨੂੰ ਇਦਾਂ ਦੀ ਕੋਈ ਜ਼ਰੂਰਤ ਹੈਗੀ ਆ ਉਹ ਜਦੋਂ ਮਾਰੀ ਸਾਡੇ ਨਾਲ ਸੰਪਰਕ ਕਰੇ ਤੇ ਜਿਹੜਾ ਤੁਸੀਂ ਉਹਨੇ ਗੱਲ ਕੀਤੀ ਡਾਈਟ ਪਲਾਨ ਦੀ ਹੈ ਨਾ ਡਾਈਟ ਪਲਾਨ ਦੇ ਵਿੱਚ ਤਿੰਨੋ ਟਾਈਮ ਲੈ ਤੁਸੀਂ ਮਲਕੀ ਡਾਈਟ ਦਿੱਤੀ ਹੁੰਦੀ ਕਿ ਇਹ ਵਾਲੇ ਸਵੇਰੇ ਇਹ ਵਾਲਾ ਲੈਣਾ ਦੁਪਹਿਰ ਹੀ ਹੈ ਜਾਂ ਸ਼ਾਮੀ ਹੈ ਦੇਖੋ ਜੀ ਜਿਹੜਾ ਡਾਈਟ ਪਲਾਨ ਸਾਡਾ ਹੈਗਾ ਸਵੇਰੇ ਵਿੱਚ ਹੈਲਦੀ ਫੂਡ ਕਿਹੜਾ ਲੈਣਾ ਸੀ ਵੀ ਉਹਦੇ ਨਾਲ ਦੁਪਹਿਰ ਤੱਕ ਤੁਹਾਡੇ ਵਿੱਚ એનર્ਜੀ ਰਵੇ ਫਿਰ ਦੁਪਹਿਰੇ ਕੀ ਖਾਣਾ ਹੈ ਵੀ ਜਿਹੜੀ ਤੁਹਾਡੇ ਨੂੰ ਸ਼ਾਮ ਤੱਕ એનર્ਜੀ ਰਵੇ ਉਹ ਤੁਹਾਨੂੰ ਜਿਹੜਾ ਮੋਟਾਪਾ ਵੀ ਨਾ ਆਵੇ ਉਦਾਂ ਦਾ ਅਸੀਂ ਜਿਹੜਾ ਫੂਡ ਮਲਟੀਪਲ ਲਿਖੇ ਹੋਏ ਹੈਗੇ ਆ ਆਪਸ਼ਨਲ ਹੈਗੇ ਆ ਆ ਖਾ ਲਓ ਜਾਂ ਕੋਈ ਵੀ ਖਾ ਲਓ ਜਿੱਦਾਂ ਹਨਾ ਅਲੱਗ-ਅਲੱਗ ਚੀਜ਼ਾਂ ਹੈਗੀਆਂ ਉਹਦੇ ਨਾਲ ਤੁਹਾਡਾ ਪ੍ਰੋਟੀਨ ਵੀ ਪੂਰਾ ਹੋਏਗਾ ਫਾਈਬਰ ਵੀ ਪੂਰਾ ਹੋਏਗੀ ਵਿਟਾਮਿਨ मिनਰਲਸ ਵੀ ਜਿਹੜੇ ਹੈਗੇ ਅਸੀਂ ਉਹਦੇ ਹਿਸਾਬ ਨਾਲ ਅਸੀਂ ਫੂਡ ਪ੍ਰੋਡਕਟ ਵਿੱਚ ਦਿੰਦੇ ਹੈਗੇ ਆ ਤੇ ਕੈਲਰੀ ਵਾਲੇ ਜਿਹੜੇ ਚੀਜ਼ਾਂ ਉਹ ਅਸੀਂ ਬੰਦ ਕਰਾਉਂਦੇ ਹੈਗੀਆਂ ਇਹਦੇ ਨਾਲ ਬੰਦਾ ਫਿੱਟ ਹੋ ਜਾਂਦਾ ਹੈ ਸਤਵਿੰਦਰ ਜੀ ਇਦਾਂ ਨਾ ਪ੍ਰੋਡਕਟ ਦੀ ਇੱਕ ਹੁਣ ਕਾਪੀ ਬਹੁਤ ਮਲਕੀ ਮਾਰਕੀਟ ਦੇ ਵਿੱਚ ਆਂਦੀ ਹੁੰਦੀ ਹੁੰਦੀ ਤਾਂ ਤੁਹਾਡਾ ਡਾਈਟ ਐਂਡ ਫਿਟ ਪ੍ਰੋਡਕਟ ਹੈ ਇਹਦੀ ਕਾਪੀ ਵੀ ਬਹੁਤ ਨਾ ਲੋਕ ਆਸਾਨੀ ਦੇ ਨਾਲ ਵੇਚ ਰਹੇ ਨੇ ਤੇ ਕੀ ਤੁਹਾਡੇ ਪ੍ਰੋਡਕਟ ਦੀ ਇਦਾਂ ਵਿਖਾਸ ਹੈ ਤਾਂ ਕਿ ਲੋਕਾਂ ਨੂੰ ਗੁਮਰਾਹ ਨਾ ਕੀਤਾ ਜਾ ਸਕੇ ਕਿ ਮਲਕੀ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਇਹੀ ਰੀਅਲ ਪ੍ਰੋਡਕਟ ਹੈ ਐਕਚੁਅਲੀ ਜਦੋਂ ਲੋਕ ਸਾਨੂੰ ਫੋਨ ਤੇ ਅਪਰੋਚ ਕਰਦੇ ਆ ਜਾਂ ਅਸੀਂ ਉਹਨਾਂ ਨੂੰ ਮੈਡੀਸਨ ਭੇਜਦੇ ਆ ਉੱਤੇ ਦੋ ਸਾਡਾ ਡਾਈਟ ਪਲਾਨ ਉਹਦੇ નીચે ਲਿਖਿਆ ਹੋਇਆ ਹੈ ਵੀ ਜਦੋਂ ਵੀ ਤੁਸੀਂ ਮੈਡੀਸਿਨ ਮੰਗਾਣੀ ਆ ਕੰਪਨੀ ਦੇ ਨੰਬਰ ਤੇ ਹੀ ਫੋਨ ਕਰਕੇ ਮੰਗਵਾਓ ਕਿਉਂਕਿ ਅਸੀਂ ਡਾਇਰੈਕਟ ਦਿੰਦੇ ਹੈਗੇ ਆ ਸਾਡੇ ਕਿਸੇ ਵੀ ਮਾਰਕੀਟ ਵਿੱਚ ਅਸੀਂ ਦਵਾਈ ਨਹੀਂ ਦਿੰਦੇ ਹੈਗੇ ਜੋ ਸਾਡੇ ਤੋਂ ਲੈਣਾ ਚਾਹੁੰਦਾ ਡਾਇਰੈਕਟ ਸਾਨੂੰ ਆਰਡਰ ਕਰਕੇ ਮੰਗਵਾ ਲੇ ਕੇ ਬਈ ਡਿਲੀਵਰੀ ਬੁਆਏ ਨੂੰ ਕਹਿ ਦਿੰਦੇ ਹੈਗੇ ਵੀ ਤੂੰ ਸਾਨੂੰ 15 ਦਿਨ ਦੀ ਦੇ ਦੇ ਜਾਂ ਮਹੀਨੇ ਦੇ 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 ਉਹਨਾਂ ਤੋਂ ਐਦਾਂ ਨਹੀਂ ਮੰਗਾ ਲੈ ਚਾਹੀਦਾ ਕੰਪਨੀ ਵਿੱਚ ਗੱਲਬਾਤ ਕਰਕੇ ਫਿਰ ਹੀ ਪ੍ਰੋਡਕਟ ਮੰਗਾਣਾ ਚਾਹੀਦਾ ਹੈ ਫਿਰ ਹੀ ਉਹਨਾਂ ਨੂੰ ਸਹੀ ਮਿਲੇਗਾ ਸਤਵਿੰਦਰ ਜੀ ਜਿੱਦਾਂ ਨਾ ਹੁਣ ਕੁੜੀਆਂ ਦੇ ਵਿੱਚ ਦੇਖਣ ਨੂੰ ਮਿਲਦਾ 20 ਸਾਲ ਦੀ 30 ਸਾਲ ਦੀ ਕੁੜੀਆਂ ਦੇ ਵਿੱਚ ਇਹਨਾਂ ਪੀਸੀਓਡੀ ਜਿਹੜੀ ਨਾਮ ਦੀ ਬਿਮਾਰੀ ਹੈ ਨਾ ਬੜਾ ਤੇਜ਼ੀ ਦੇ ਨਾਲ ਆਪਣਾ ਸ਼ਿਕਾਰ ਬਣਾ ਰਹੀ ਹੈ ਤਾਂ ਉਹ ਕੁੜੀਆਂ ਨਾ ਕਿਤੇ ਨਾ ਕਿਤੇ ਪ੍ਰੋਡਕਟ ਯੂਜ਼ ਕਰਨ ਦੇਖੋ ਜੀ ਬਿਲਕੁਲ ਗੱਲ ਸਹੀ ਹੈਗੀ ਜਦੋਂ ਪੀਸੀਓਡੀ ਦੀ ਪ੍ਰੋਬਲਮ ਆਂਦੀ ਹੈਗੀ ਨਾ ਉਦੋਂ ਪੇਟ ਤਾਂ ਵੱਡਣਾ ਸ਼ੁਰੂ ਹੋ ਜਾਂਦਾ ਹੈਗਾ ਮੈਂਸ ਵਿੱਚ ਘਟ ਜਾਂ ਵੱਧ ਆਂਦੇ ਹੈਗੇ ਗੁੱਸਾ ਵੀ ਜ਼ਿਆਦਾ ਆਂਦਾ ਹੈਗਾ ਆ ਉਦੋਂ ਦੇਖੋ ਪ੍ਰੋਡਕਟ ਤਾਂ ਖਾਣਾ ਹੀ ਪੈਣਾ ਹੈਗਾ ਨਾ ਬਿਨਾ ਪ੍ਰੋਡਕਟ ਖਾਦੇ ਹਾਰਮੋਨਲ ਜਿਹੜੀਆਂ ਚੇਂਜਸ ਹੈਗੀਆਂ ਹਾਰਮੋਨ ਜਿਹੜੇ ਅਮ ਬੈਲੈਂਸ ਹੈਗੇ ਉਹ ਠੀਕ ਨਹੀਂ ਹੁੰਦੇ ਹੈਗੇ ਆ ਦੂਜਾ ਉਹਨਾਂ ਨੂੰ ਕਈ ਵਾਰੀ ਪ੍ਰੈਗਨਨਸੀ ਦੀ ਵੀ ਜ਼ਰੂਰਤ ਹੁੰਦੀ ਹੈਗੀ ਉਹ ਡਰਦੀਆਂ ਹੈਗੀਆਂ ਕਿ ਮੈਨੂੰ ਤੁਹਾਡਾ ਪ੍ਰੋਡਕਟ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਹੈਗਾ ਦੇਖੋ ਸਾਡਾ ਪ੍ਰੋਡਕਟ ਬਿਲਕੁਲ ਸੇਫ ਆ ਜਰ ਭਾਰ ਘਟਣ ਦੇ ਨਾਲ ਨਾਲ ਪੀਸੀਓਡੀ ਦੀ ਪ੍ਰੋਬਲਮ ਵੀ ਠੀਕ ਹੁੰਦੀ ਹੈਗੀਆ ਕਿਉਂਕਿ ਅਸੀਂ ਵਿੱਚ ਰਜ ਪ੍ਰਵਰਤਨੀ ਵਟੇ ਦਿੰਦੇ ਹੈਗੇ ਜਿਹਦੇ ਨਾਲ ਉਹ ਠੀਕ ਹੋ ਜਾਂਦੇ ਹੈਗੇ ਬਾਕੀ ਜਿਹੜੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਨਾ ਉਹ ਸਾਨੂੰ ਜਦੋਂ ਲੇਡੀਜ਼ ਦੱਸਦੀਆਂ ਇਸ ਕਰਕੇ ਤਾਂ ਉਹਨਾਂ ਨੂੰ ਜ਼ਿਆਦਾ ਅਸਰ ਹੁੰਦਾ ਹੈਗਾ ਕਿਉਂਕਿ ਮੋਸਟਲੀ ਜਿਹੜਾ ਮੋਟਾਪਾ ਆਉਣ ਦਾ ਕਾਰਨ ਪੀਸੀਓਡੀ ਦੀ ਹੈਗੀ ਅੱਜਕੱਲ ਪ੍ਰੋਬਲਮ ਜਿਹੜੀ ਲੇਡੀਜ਼ ਦੇ ਵਿੱਚ ਹੈਗੀ ਆ ਜੇ ਉਹ ਇਸ ਤੇ ਕੇਅਰ ਕਰਨ ਤੇ ਉਹਨਾਂ ਨੂੰ ਮੋਟਾਪਾ ਨਹੀਂ ਆਵੇਗਾ ਇਸ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਜਾਂ ਉਹਨਾਂ ਨੂੰ ਲੱਗਦਾ ਹੈਗਾ ਵੀ ਪ੍ਰੈਗਨਨਸੀ ਕਈ ਵਾਰੀ ਡਾਕਟਰ ਵੀ ਕਹਿ ਦਿੰਦੇ ਹੈਗੇ ਆ ਵੀ ਜੇ ਤੁਸੀਂ ਆਪਣਾ ਭਾਰ ਘਟਾਓਗੇ ਤੁਹਾਨੂੰ ਤਾਂ ਪ੍ਰੈਗਨੈਂਸੀ ਹੋਊਗੀ ਕਿਉਂਕਿ ਪੀਸੀਓਡੀ ਦੇ ਕਾਰਨ ਕਈ ਵਾਰੀ ਪ੍ਰੈਗਨੈਂਸੀ ਨਹੀਂ ਹੁੰਦੀ ਹੈ ਨਾ ਜੋ ਸਾਨੂੰ ਅਪਰੋਚ ਕਰਦੇ ਹੈਗੇ ਉਹਨਾਂ ਦੀ ਪੀਸੀਓਡੀ ਦੀ ਪ੍ਰੋਬਲਮ ਵੀ ਅਸੀਂ ਠੀਕ ਕਰੀਦੀ ਹੈਗੀ ਆ ਨਾਲ ਸਾਡਾ ਜਿਹੜਾ ਪ੍ਰੋਡਕਟ ਹੈ ਨਾ ਉਹਦੇ ਨਾਲ ਭਾਰ ਵੀ ਘਟਦਾ ਜੋ ਲੋਕ ਸਾਡੇ ਤੋਂ ਪ੍ਰੋਡਕਟ ਲੈ ਚੁੱਕੇ ਉਹਨਾਂ ਦੀ ਕਨਸੈਪਸ਼ਨ ਹੋ ਜਾਂਦੀ ਹੈਗੀ ਬੱਚੇ ਅੱਜਕੱਲ ਬੜਬੜੇ ਹੋ ਚੁੱਕੇ ਹੈਗੇ ਆ ਇਸ ਕਰਕੇ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਕੋਈ ਵੀ ਜਿਹੜੀ ਲੜਕੀ ਹੈਗੀ ਆ ਕੋਈ ਵੀ ਜਿਹੜੀ ਔਰਤ ਹੈਗੀ ਸਾਡਾ ਪ੍ਰੋਡਕਟ ਖਾ ਸਕਦੀ ਬਿਲਕੁਲ ਸੇਫ ਹੈ ਸਤ ਜੰਨ ਦੇ ਵਿੱਚ ਪੀਸੀਓਡੀ ਦੇ ਨਾਲ ਨਾਲ ਨਾ ਔਰਤਾਂ ਦੇ ਦਾ ਕੁੜੀਆਂ ਦੇ ਨਾ ਬਾਲ ਆਨੇ ਸ਼ੁਰੂ ਹੋ ਜਾਂਦੇ ਚਿਹਰੇ ਤੇ ਹਨਾ ਕਿਤੇ ਨਾ ਕਿਤੇ ਉਹ ਸ਼ਰਮ ਮਹਿਸੂਸ ਕਰਦੀਆਂ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਤੇ ਇਹ ਮੈਲ ਪ੍ਰੋਡਕਟ ਯੂਜ਼ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਇਫੈਕਟ ਪਾਊਗਾ ਦੇਖੋ ਪੀਸੀਓਡੀ ਦੀ ਪ੍ਰੋਬਲਮ ਕਰਕੇ ਹੀ ਚਿਹਰੇ ਤੇ ਹਲਕੇ ਹਲਕੇ ਅਨਵਾਂਟਡ ਹੈਅ ਆਉਂਦੇ ਹੈਗੇ ਆ ਜਦੋਂ ਪੀਸੀਓਡੀ ਦੀ ਪ੍ਰੋਬਲਮ ਠੀਕ ਹੋ ਗਈ ਜਾ ਕੋਸ਼ਿਸ਼ ਇਹ ਇਸ ਤਰ੍ਹਾਂ ਦਾ ਵਰਕੀ ਹੜਤਾਲ ਨਾਲ ਇੱਕ ਪ੍ਰੋਡਕਟ ਬਣਾਇਆ ਹੋਇਆ ਲਗਾਉਣ ਨੂੰ ਦਿੰਦੇ ਹੈਗੇ ਹਰ ਇੱਕ ਵਾਰ ਰਿਮੂਵ ਹੋ ਗਿਆ ਦੁਬਾਰਾ ਨਹੀਂ ਆਉਂਦੇ ਹੈਗੇ ਕਿਉਂਕਿ ਮੇਨ ਜਿਸ ਕਾਰਨ ਆਉਂਦੇ ਹੈਗੇ ਉਹ ਪ੍ਰੋਬਲਮ ਹੀ ਠੀਕ ਹੋ ਗਈ ਫਿਰ ਕਿਸ ਤਰ੍ਹਾਂ ਹੋਏਗਾ ਨਾ ਇਸ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਂਗਦੀ ਹੈਗੀ ਨਾ ਉਹ ਜ਼ਰੂਰ ਦੱਸ ਦੇਣਾ ਚਾਹੀਦਾ ਹੈ। ਬਹੁਤ-ਬਹੁਤ ਧੰਨਵਾਦ ਸਤਿਉੰਦੇ ਜੀ ਤਮਾਮ ਜਾਣਕਾਰੀ ਦੇਣ ਦੇ ਲਈ। ਉੱਥੇ ਹੀ ਜੇਕਰ ਹੁਣ ਦਰਸ਼ਕਾਂ ਦੇ ਨਾਲ ਗੱਲ ਕਰੀਏ ਤਾਂ ਜੇ ਤੁਸੀਂ ਵੀ ਮੋਟਾਪੇ ਦੇ ਨਾਲ ਪੀ ਦੀ ਤੋ ਤਾਂ ਡਾਈਟ ਐਂਡ ਫਿਟ ਪ੍ਰੋਡਕਟ ਜ਼ਰੂਰ ਵਰਤੋ ਦੇ ਵਿੱਚ ਲਿਆਓ ਅਤੇ ਸਾਨੂੰ ਦੱਸੋ ਕਿ ਇਸ ਪ੍ਰੋਡਕਟ ਦੇ ਨਾਲ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਤੇ ਕਿੰਨੇ ਕ ਦਿਨਾਂ ਦੇ ਵਿੱਚ ਤੁਸੀਂ ਆਪਣਾ ਭਾਰ ਘਟਾਇਆ। ਮੋਟਾਪਾ ਜਾਣ ਲਿਵਾ ਹੈ। पर नामुमकिन नहीं एदे नाल जोणा ਦਾ ਦਰਦ ਕੈਂਸਰ ਬੀਪੀ ਦਿਲ ਦੇ ਰੋਗ ਸਾਦੀ ਸਮੱਸਿਆ ਬਾਜਪਨ ਫੈਟੀ ਲੀਵਰ ਐਸਿਡਿਟੀ ਸ਼ੂਗਰ ਤੇ ਕੋਲੇਸਟ੍ਰੋਲ ਹੋ ਸਕਦਾ ਹੈਗਾ ਅੱਜ ਹੀ ਇਲਾਜ ਕਰਵਾਓ ਟਾਈਟ ਐਂਡ ਫਿਟ ਟਾਈਟ ਐਂਡ ਫਿਟ ਟਾਈਟ ਐਂਡ ਫਿਟ